ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਵੈਲਕਮ ਟੂ ਸਿੱਖ ਚੈਨਲ ਇਨ ਬਰਮਿੰਗਮ ਵੀ ਬ੍ਰਿੰਗਿੰਗ ਯੂ ਦ ਸਪੈਸ਼ਲ ਪ੍ਰੋਗਰਾਮ ਅਬਾਊਟ ਦ ਕ੍ਰਾਈਸਿਸ ਆਫ ਅਫਗਾਨ ਸਿੱਖਸ ਬੀਨ ਗੈਟਿੰਗ ਡਿਪੋਰਟਡ ਟੂ ਅਫਗਾਨਿਸਤਾਨ ਫਰੋਮ ਬੈਲਜੀਅਮ ਅਤੇ ਇਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਸਰਦਾਰ ਸੁਰਬੀਰ ਸਿੰਘ ਜੀ ਜੋ ਕਿ ਬੈਲਜੀਅਮ ਤੋਂ ਉੱਥੇ ਪਹੁੰਚੇ ਨੇ ਅਤੇ ਵੀਰ ਜੀ ਬੈਲਜੀਅਮ ਵਿਖੇ ਅਫਗਾਨੀ ਸਿੱਖਾਂ ਦੇ ਨੁਮਾਇੰਦੇ ਨੇ ਅਤੇ ਇਸ ਖਬਰ ਬਾਰੇ ਜਦ ਸਾਨੂੰ ਪਤਾ ਲੱਗਿਆ ਸਾਡੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਊਥ ਹਾਲ ਜੋ ਕਿ ਅਫਗਾਨਿਸਤਾਨ ਦੇ ਵਸਰੇ ਸਿੱਖ UK ਵਿਖੇ ਇੱਕੋ ਇੱਕ ਗੁਰਦੁਆਰਾ ਹੈਗਾ ਅਤੇ ਇਸ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਨੇ ਜਦ ਇਸ ਖਬਰ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਸਰਦਾਰ ਮਨਜੀਤ ਸਿੰਘ ਜੀ ਗਰੋਵਰ ਅਤੇ ਸਰਦਾਰ ਸੁਰਬੀਰ ਸਿੰਘ ਜੀ ਸਾਨੂੰ ਜਸਬੀਰ ਸਿੰਘ ਜੀ ਸਾਨੂੰ ਆਪ ਆਪਣੀ ਗੱਡੀ 'ਤੇ ਬੈਲਜੀਅਮ ਵਿਖੇ ਲੈ ਕੇ ਗਏ ਅਤੇ ਉਹਨਾਂ ਪਰਿਵਾਰਾਂ ਨੂੰ ਮਿਲਾਇਆ ਜਿਨ੍ਹਾਂ ਅਤੇ ਉਹਨਾਂ ਦੀ ਕਹਾਣੀਆਂ ਬਾਰੇ ਸਾਨੂੰ ਪਤਾ ਲੱਗਿਆ ਜਿਨ੍ਹਾਂ ਦੀ ਕੀ ਤਕਲੀਫ ਹੈਗੀਆਂ ਕਿਉਂਕਿ ਅਸੀਂ ਆਪ UK ਰਹਿ ਰਹੇ ਇਤਨਾ ਕੋਂਟੈਕਟ ਨਹੀਂ ਸੀਗਾ ਬਟ ਵੈਨ ਯੂ ਮੀਟ ਪੀਪਲ ਫਸਟ ਹੈਂਡ ਐਂਡ ਅਤੇ ਉਹਨਾਂ ਦੀ ਦਰਦਨਾਕ ਕਹਾਣੀਆਂ ਸੁਣ ਕੇ ਸਾਡਾ ਦਿਲ ਬਹੁਤ ਉਦਾਸ ਹੋਇਆ ਅਤੇ ਮੈਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਬੰਧਕ ਵੀਰਾਂ ਅਤੇ ਸਾਰੀ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਹਾਂ ਪਹਿਲੀ ਗੱਲ 'ਤੇ ਅਤੇ ਇਹਦੇ ਇਹ ਜੋ ਆਪਾਂ ਗੱਲਾਂ ਬਾਤਾਂ ਕੀਤੀ ਉੱਥੇ ਜਾ ਕੇ ਪਰਿਵਾਰਾਂ ਨੂੰ ਮਿਲੇ ਹੈਗੇ ਅਤੇ ਉਹਨਾਂ ਦੇ ਬਾਰੇ ਅਸੀਂ ਛੋਟੀ ਜਿਹੀ ਇੱਕ ਫਿਲਮ ਬਣਾਈ ਹੈ ਅਤੇ ਉਹ ਵੀ ਤੁਹਾਨੂੰ ਇੱਕ 15-20 ਮਿੰਟ ਦੀ ਫਿਲਮ ਹੈਗੀ ਵੀ ਗੋਨਾ ਸ਼ੋ ਯੂ ਇਨ ਨੈਕਸਟ ਫਿਊ ਮਿੰਟਸ ਅਤੇ ਮੇਨ ਮਕਸਦ ਸਾਡਾ ਜਾਣਦਾ ਸੀਗਾ ਕਿ ਸਾਨੂੰ ਖਬਰ ਮਿਲੀ ਸਰਦਾਰ ਸਵਿੰਦਰ ਸਿੰਘ ਅਤੇ ਪੈਂਜੀ ਮਹਿੰਦਰ ਕੌਰ ਜੋ ਕਿ ਦੇ ਆਰ ਇਨ ਦੇ 50s ਦੇ ਵਰ ਡਿਟੇਨਡ ਇਨ ਏ ਡਿਟੈਂਸ਼ਨ ਸੈਂਟਰ ਨੀਅਰ ਬ੍ਰਸਲਸ ਏਅਰਪੋਰਟ ਅਤੇ ਉੱਥੋਂ ਦੀ ਸਰਕਾਰ ਬੈਲਜੀਅਮ ਦੀ ਸਰਕਾਰ ਨੇ ਉਹਨਾਂ ਨੂੰ ਵੀਜ਼ਾ ਰੱਦ ਕੀਤਾ ਉਹਨਾਂ 'ਤੇ ਅਸਾਲਮ ਵੀਜ਼ਾ ਰੱਦ ਕੀਤਾ ਅਤੇ ਉਹ ਚਾਹੁੰਦੀ ਸੀ ਉਹਨਾਂ ਨੂੰ ਵਾਪਸ ਬੈਲਜੀਅਮ ਤੋਂ ਅਫਗਾਨਿਸਤਾਨ ਡੀਪੋਰਟ ਕੀਤਾ ਜਾਏ ਅਤੇ ਇਸ ਬਾਰੇ ਸਾਨੂੰ ਪਤਾ ਲੱਗਿਆ ਕਿਉਂਕਿ ਅੱਜ ਕੱਲ੍ਹ ਜਦ ਵੀ ਜਿੰਨਾ ਮੈਨੂੰ ਜਾਣਕਾਰੀ ਹੈ ਸਾਨੂੰ ਜਾਣਕਾਰੀ ਹੈ ਕਿ ਅਫਗਾਨਿਸਤਾਨ ਵਿਖੇ ਸਿਰਫ ਮਰਦਾਂ ਨੂੰ ਯੰਗਸਟਰਸ ਨੂੰ ਡਿਪੋਰਟ ਕੀਤਾ ਗਿਆ ਪਰ ਅੱਜ ਤੱਕ ਅਸੀਂ ਤੀਮੀ ਨੂੰ ਖਾਸ ਕਰ ਰਿਲੀਜੀਅਸ ਮਾਇਨੋਰਟੀਜ਼ ਸਿੱਖ ਜਾਂ ਹਿੰਦੂ ਪਰਿਵਾਰ ਦੇ ਕਿਸੇ ਲੇਡੀ ਵੁਮੈਨ ਨੂੰ ਡਿਪੋਰਟ ਨਹੀਂ ਕੀਤਾ ਸੀਗਾ ਇਹਦੇ ਬਾਰੇ ਸਾਨੂੰ ਪਤਾ ਲੱਗਿਆ ਸੋ ਵੀ ਵਾਂਟਡ ਟੂ ਗੈਟ ਦ ਸਟੋਰੀ ਸਪੈਸ਼ਲੀ ਬਿਕੋਜ਼ ਵੀ ਡੋਂਟ ਵਾਂਟ ਦਿਸ ਟੂ ਹੈਪਨ ਐਨੀ ਵੇ ਯੂ ਨੋ ਵੀ ਡੋਂਟ ਵਾਂਟ ਐਨੀ ਵੁਮੈਨ ਓ ਮੈਨ ਗੈਟਿੰਗ ਡਿਪੋਰਟਡ ਟੂ ਅਫਗਾਨਿਸਤਾਨ ਅਫਗਾਨਿਸਤਾਨ ਇਜ਼ ਨੋਟ ਸੇਫ ਐਵਰੀਵਨ ਨੋਜ਼ ਦੀ ਪੋਲੀਟੀਕਲ ਸਿਚੁਏਸ਼ਨ ਦੇ ਓਵਰ ਦੇਅਰ ਐਂਡ ਸੈਂਡਿੰਗ people of especially the ethnic minorities religious group of Sikh Hindus or even I would say the minority Shia Hazara group would be I think it's a criminal act if you do it so main apne sare veeran da dhanwad karde ha ke itthe jo chal ke aaye te we're going to ask our production team to let us know when they are ready so we can show this documentary to you short one and then we're going to continue our discussion after this film has been seen te sardar manjeet singh ji tusi please sanu daso is baat da sanu pata lagya te how the management took the decision to send your team to Belgium wahiguru ji ka khalsa wahiguru ji ki fateh kripal singh ji ton da pata hi hai sare kahani da jadon ਵਾਸ਼ਿੰਗਟਨ ਤੋਂ ਸਾਨੂੰ ਪਤਾ ਲੱਗਿਆ ਕਿ ਇੱਕ ਪਰਿਵਾਰ ਨੂੰ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਹੋਇਆ ਜੋ ਸਰਦਾਰ ਸਵਿੰਦਰ ਸਿੰਘ ਅਤੇ ਬੀਬੀ ਮਹਿੰਦਰ ਕੌਰ ਨੇ ਪ੍ਰਬੰਧਕ ਕਮੇਟੀ ਵੱਲੋਂ ਦਾਸ ਨੂੰ ਅਤੇ ਸਰਦਾਰ ਜਸਵੀਰ ਸਿੰਘ ਮਦਾਨ ਨੂੰ ਡਿਊਟੀ ਦਿੱਤੀ ਗਈ ਜੋ ਤੁਸੀਂ ਬੈਲਜੀਅਮ ਜਾ ਕੇ ਸਾਰੀ ਸਿਚੁਏਸ਼ਨ ਦੀ ਇਨਕੁਆਇਰੀ ਕਰੋ ਪਤਾ ਕਰੋ ਕਿ ਗੱਲ ਕੀ ਹੈ ਉੱਥੋਂ ਦੇ ਪ੍ਰੋਬਲਮ ਕੀ ਹੈ ਨੇ ਹਿੰਦੂ ਸਿੱਖਾਂ ਦੇ ਜਿਹੜੇ ਪ੍ਰੋਬਲਮ ਹੈ ਅਤੇ ਫਿਰ ਤੁਹਾਡੇ ਨਾਲ ਕੰਟੈਕਟ ਕੀਤਾ ਗਿਆ ਅਤੇ ਅਸੀਂ ਤੁਸੀਂ ਗਏ ਬੈਲਜੀਅਮ ਵਿਖੇ ਸਰਦਾਰ ਸੁਰਬੀਰ ਸਿੰਘ ਜੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜਿਹੜੀ ਉੱਥੇ ਬੈਲਜੀਅਮ ਦੀ ਸੰਗਤਾਂ ਦੇ ਹਿੰਦੂ ਸਿੱਖਾਂ ਦੇ ਨੁਮਾਇੰਦੇ ਵੀ ਹਨ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹੈਗੇ ਨੇ ਉੱਥੇ ਉਹਨਾਂ ਨੇ ਜਲਦ ਤੋਂ ਜਲਦ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਕੁਛ ਇੱਕ ਪਰਿਵਾਰਾਂ ਨੂੰ ਇਹਨਾਂ ਨੇ ਦੱਸਤਾ ਸੀ ਅਤੇ ਤੁਸੀਂ ਦੇਖਿਆ ਕਿ ਅਸੀਂ ਉੱਥੇ ਪਹੁੰਚ ਕੇ ਅਤੇ ਇਹਨਾਂ ਨੇ ਆਪਣੇ ਘਰ ਦੇ ਵਿਚਕਾਰ ਸਾਰੇ ਪਰਿਵਾਰਾਂ ਨੂੰ ਬੁਲਾਇਆ ਉੱਥੇ ਅਸੀਂ ਉਸ ਸਾਰੇ ਪਰਿਵਾਰਾਂ ਦੀ ਕਹਾਣੀ ਸੁਣੀ ਹੈ ਜਿਹੜੀ ਬੜੀ ਬੜੀ ਦਰਦਨਾਕ ਸੀ ਜਿਹੜੇ ਕਈ ਪਰਿਵਾਰਾਂ ਦੇ ਅਸਾਈਲਮ ਕੇਸ ਇਮੀਗ੍ਰੇਸ਼ਨ ਰਿਜੈਕਟ ਹੋ ਚੁੱਕੇ ਹਨ ਜਿਨ੍ਹਾਂ ਕੋਲ ਨਾ ਘਰ ਹੈਗਾ ਨਾ ਦਵਾਈ ਦਾ ਖਰਚਾ ਹੈਗਾ ਨਾ ਰਹਿਣ ਦੀ ਜਗ੍ਹਾ ਹੈਗੀ ਉਹਨਾਂ ਨੂੰ ਇੱਕ ਕਰੀਬ 30-35 ਫੈਮਲੀਆਂ ਹਨ ਜੋ ਬਹੁਤ ਅੱਜ ਪ੍ਰੋਬਲਮ ਵਿੱਚ ਹਨ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਹਨ ਚਾਰ ਮਹੀਨੇ ਦੇ ਬੱਚੇ ਹਨ ਜਿਨ੍ਹਾਂ ਦੀ ਕੋਈ ਦਵਾਈ ਨਹੀਂ ਹੈ ਉਹ ਬੱਚੇ ਬਿਮਾਰ ਹਨ ਉਹਨਾਂ ਵਾਸਤੇ ਗੌਰਮੈਂਟ ਵੱਲੋਂ ਕੋਈ ਸਹਾਇਤਾ ਨਹੀਂ
ना ह्यूमन राइट्स के हिसाब के नाल ना इमीग्रेसन के हिसाब ना उन्होंने कोई पूछ गुछ नहीं हैगी। प्रॉब्लम यह है कि बहुत थोड़े लोग हैं उत्थे, करीब लगभग 200 फैमिली हैगी जिस विचकार साढ़े होस्ती भरा भी है, हिंदू भरा भी है, सिख वीर भी है उत्थे, तो इन्हों रिप्रजेंट करने वाला उत्थे कोई नहीं है। वड्डी प्रॉब्लम उत्थे हैगी कि उन्होंने लैंग्वेज पूरी तरह नहीं आती, हाँ जी मेन प्रॉब्लम इतने हुई है। उन्होंने पता नहीं है कि साढ़ा उत्थे कोई रिफ्यूजी काउंसल कितने है, कितने जाइए, कितने फरियाद करिए। उन्होंने को सिर्फ वकील हैं जो वकीलों के राही जाके अपने केस लड़ते हैं। गुरु की बड़ी कृपा हुई, असी गए डिटेंशन सेंटर जी गए, उत्थे भाई सुरिंदर सिंह बीबी महिंदर कौर भी मिले, तो कल सवेरे ही सरदार सुरबीर सिंह ने खुशखबरी दी कि गुरु की कृपा नाल दोनों हस्बैंड वाइफ रिलीज हो गए ने डिटेंशन सेंटर टेंपरेरीली, कोई नहीं परमानेंट नहीं है कि उन्होंने कोई वीज़ा नहीं दिया, उन्होंने टेंपरेरी उत्थे छोड़े गए। इसी तरह कई परिवारों के वीजे रद्द हैं, किहड़े वेले पुलिस उन्होंने इमीग्रेशन वाले पकड़ के लै जाण कुछ पता नहीं है। इस सारी सिचुएशन का सरदार सुरबीर सिंह साढ़े नालों ज़्यादा ही पता है कि वह उत्थे आए ने। सानू जदों पता लग गया, सानू पहुंचे कि असी दूर बैठे हैं, दूर कुछ पता नहीं सी, चलो सुने सी कि इन्हों के वीज़े रिजैक्ट होने, वीज़े नहीं मिल रहे, मगर जदों जाके नज़दीक देखिया तो सची अखियां भर आईया उत्थे परिवार की हालत देख के, एक नहीं, दो नहीं, चार नहीं, करीब 30-35 परिवार की हालत उत्थे बहुत माड़ी है, जिन्हें जल्द तो जल्द सहायता की जरूरत है। एक बार तुम ये फुटेज देख लो जिहड़े असी इंटरव्यू करके आए उत्थों, ये देखने तो बाद फिर असी बाकी डिस्कशन करांगे। फुटेज बारे मैं हूँ ही पता लग गया, फुटेज ऑलमोस्ट रेडी, वी कैन गो एंड वॉच द फुटेज। मैं एक कहना चाहूँगा कि क्योंकि वी डिड वेरी क्विकली, वी हैड लिटिल बिट टेक्निकल प्रॉब्लम इन टर्म्स ऑफ गेटिंग ए गुड गेट द साउंड क्वालिटी और ऑफ द प्रोग्राम वेरी राइट, सो प्लीज़ एक्सेप्ट आवर अपोलॉजीज के इस छोटी जी जो शॉर्ट फिल्म असी जो बहुत जल्द बढ़ाई, साढ़े को इक्विपमेंट पूरा नहीं सीगा, तो उसकी साउंड क्वालिटी थोड़ी नॉट अप टू स्टैंडर्ड, सो असी माफ़ी चाहते हैं। So, Veerji, just go and watch this movie and we'll join you back at the Birmingham studio. Sasang ji, apa hai ga Spirit of Britannia kishti te apa UK to honi tor ke aaya, on our way to Calais in France. फ्रांस तो आप पहुँच के जावांगे बेलजियम, जिथे एक मियाँ बीबी नो अफगानिस्तान बेलजियम की सरकार वालों डिपोर्ट किया जा रहा है। सानू असी तुहानू इस खबर बारे पूरी जानकारी देवांगे, अते नाल ही बेलजियम के होर जिहड़े परिवार हैगे जिन्होंने वीजे की प्रॉब्लम हैगी, सरकार चाहती है उत्थों की कि उन्होंने डिपोर्ट किया जाए, पूरी मालूमात देवांगे, जानकारी देवांगे। तुसीं वेख रहे हो पिछे हैगा फ्रांस की कोस्ट लाइन, तो असी इस बारे प्लीज़ स्टे विद अस, वील कीप यू इनफॉर्म्ड ऑन द the whole situation. Thank you. Vaheguru Ji Ka Khalsa, Vaheguru Ji Ki Fateh. Mera naam Samundar Singh Kai, main Belgium to bol reha haan. Itthe sanu bahut zyada problem ho gayi hai, 70 saal di meri umar hai, sanu ghar ton vi kadd ditta ne negative de ke, सानू कोई जगह भी नहीं, साढ़े कोई सोशल भी नहीं, और असी इतने परेशान हो गए हाँ, कभी किसी के घर तो कभी किसी के घर, और मैं बीमार हाँ, मैनू शुगर है, बहुत ज़्यादा शुगर है, ब्लड प्रेशर है, मेरे हाथों की प्रॉब्लम है, मेरी वाइफ नू प्रॉब्लम है, सिकन दी 7-6 साल हो गए, और सानू कुछ भी नहीं मिल रहा, असी बहुत ज़्यादा परेशान हो गए हाँ, और असी ख्वाहिश करने हाँ, असी उजर करने हाँ इस हुकूमत को, इस बेलजियम को, इस लोगों को कि साड़ी हेल्प की जाए, सानू जिस तरह भी होंदा है साड़ा कोई चारा इत्थे किया जाए ताकि साड़ू साड़ी ये मुश्किल साड़ी ये प्रॉब्लम हल होवे, और असी ये जितनिया सोसाइटियां इन्हां कोल एक ख्वाहिश करने एक उजर करने कि किसी हालत भी साड़ी ये प्रॉब्लम सॉल्व की जाए। जी थोड़ा शुभ नाम बलजीत सिंह माटा जी, वाहेगुरु जी का खालसा ते वाहेगुरु जी की फतेह। ਬਲਜੀਤ ਸਿੰਘ ਜੀ ਸਾਨੂੰ ਦੱਸੋ ਤੁਹਾਡੀ ਤੁਹਾਡੀ ਕੀ ਪ੍ਰੋਬਲਮਸ ਹੈਗੀਆਂ ਜੀ? ਮੇਰੀ ਪ੍ਰੋਬਲਮ ਹੈ ਜੀ, ਜਿਵੇਂ 6 ਮਹੀਨੇ ਮੈਨੂੰ ਪਹਿਲੇ ਰਹੀ ਸੀ, ਮੈਨੂੰ ਕੰਟਰੀ ਆਫ ਦਾ ਪੇਪਰ ਦੇ ਦਿੱਤਾ ਇਹਨਾਂ ਨੇ, ਮੈਂ ਬੜਾ ਪਰੇਸ਼ਾਨ ਹੋਇਆ, ਮੇਰਾ ਸਭ ਕੁਝ ਬੰਦ ਕਰ ਦਿੱਤਾ, ਮੈਨੂੰ ਕਾਰੋਬਾਰ ਕੱਢ ਦਿੱਤਾ, ਮੇਰਾ ਸਭ ਕੁਝ ਖਰਚਾ ਵਰਚਾ ਬੰਦ ਕਰ ਦਿੱਤਾ, ਮੈਂ ਚਲਾ ਗਿਆ ਹੋਲੈਂਡ, 6 ਮਹੀਨੇ ਮੈਂ ਹੋਲੈਂਡ ਲਿਆ, 6 ਮਹੀਨੇ ਮੇਰੀ ਮਿਸਿਜ਼ ਪ੍ਰੈਗਨੈਂਟ ਸੀ,
उन्होंने बाद इतने मेरी डॉक्टरी चेक नहीं की थी, इन्हें मेरी प्रेगनेंसी इन्होंने फिर 6 महीने हॉलैंड वाले ने रखिया, मेरी बच्ची घर पैदा हुई। फिर उन्होंने 6 महीने बाद वापसी इन्होंने भेजा कि बेल्जियम की सरकार ने तेनों सदाया, तू जा इस बार तेना कुछ भी नहीं आता, सब कुछ सही हो जाता। फिर भी मैं आया, मैं फिर कंट्री आउट का पेपर दे देता है, मेरी मिसेज बीमार है, मेरी लड़की बीमार है, लड़की ने बेड बताया थे, उन्होंने कहा बेल्जियम की सरकार इस तरह तेना गलत काम नहीं करेगी। हूँ मैं आया, मैं 25 तारीख में तस्लीमी दी है, 1 तारीख मेरा इंटरव्यू है, मैंने कंट्री आउट का पेपर दे देता है कि तू वापसी जा काबुल जा अफगानिस्तान जा। अफगानिस्तान की हालत सही है नहीं, सिखा वास स्कूल है नहीं, अपने असी अपनी मजबूरी ना अफगानिस्तान ही चुनी है, साढ़े सिखी का धर्म है, दुख सिर्फ सिखी की प्रॉब्लम है, सानू असी जाइए कितने। इतने आए से पनाह मंगड़े बेल्जियम विखे, तो बेल्जियम ने तुम ना रह के हॉलैंड क्यों गए? हॉलैंड जी इस गए कि इतने डॉक्टरी मेरी बंद हो गई, मिसेज मेरी प्रेगनेंसी, उन्होंने डॉक्टरी कह रही है साड़ी प्रॉब्लम नहीं है, तेरी हैडेक है, तुम जिसे जानते हो जाओ, साड़ी साड़ी सरदर्दी नहीं है। असी इन्होंने किया भी सी कि साड़ी डॉक्टर है, साड़े वकील ने भी दिते कि तुम ये पेपर दे दो अगे तस्लीम जगह दे दो कि उन्होंने कुछ ना कुछ सोचेगी गोरमेंट। कहने का भाव यह है कि पहला बेल्जियम विखे आए, बेल्जियम विखे बेल्जियम की सरकार ने थोड़ा रद्द करता, उन्होंने कहा अफगानिस्तान जाओ, अफगानिस्तान जाने की बजाय थोड़ा परिवार बचा है, तुम्हें क्या असं नाल हॉलैंड है, हॉलैंड जाके पनाह मांग लेने, तो हॉलैंड तुम गए तो हॉलैंड सरकार ने फिर थोड़ा वापस इतने भेजता, क्योंकि यूरोप के कानून मुताबिक जो पहला मुल्क हैगा उ थोड़ी रेफ्यूजी असैलम का। हाँ जी बिल्कुल जी, उन्होंने दसिया कि जोड़ा ये कानून है कि जेडे कि पहले हाथ शाह उंगे निशान तो उही हकदार रखते कोई भी फैसला करे, मगर उन्होंने दसिए कि तेरे इस बार नहीं होएगा कि तेरी वोटी बीमार है, बच्चा तेरा बीमार है, इस बार इस तरह तेरा ना नहीं कर दें। फिर भी मैं इतने आया, फिर भी मैंने कोई जगह नहीं दी, मैं स्टेशन से सुता, गुरुद्वारे सुता, गुरुद्वारे भी इतने रहने इतने दिन नहीं देंदे क्योंकि इतने पुलिस का छापा पैंदा, कहते बिना बिना पेपरों को असं इतनी जगह नहीं देने वा। मैं स्टेशन से सुता वा, सारे मैं बड़ी जगह दौड़ पाई की, हाले मैं परेशान हाँ, मेरे कोई जगह छात वात नहीं है, मैं बच्चे के नाल मैं कितने जावा। थोड़ी बच्ची वीर जी किन्ने उम्र की है? मेरी बच्ची 4 महीने की जी। हाँ जी, जे रब ना करे, परमात्मा ना करे, जो थानू अफगानिस्तान परिवार सहित रिपोर्ट किया जाए तो इस बच्ची का भविष्य उत्थे की होएगा? इसका जी कुछ नहीं होएगा जी, ये घर बैठेगी, कुछ नहीं है। जिस तरह मेरा बच्चा 4 साल का है, वो अनपढ़, असी तो अनपढ़ रह गए, मेरे बच्चे भी अनपढ़, असं अफगानिस्तान में चुके कि चल असी जाइए, कुछ ना कुछ साढ़े बारे सोचे जाए, असी देखे जा, असी सू पता नहीं कि असं इतने आए, असं होर परेशान हो गए, असं जाइए कितने, साड़ी कोई जिंदगी है नहीं, असं कितने जाइए। सत्संग जी, ये कहानी सुनी, एक दर्दनाक कहानी, जो परिवार को प्रॉब्लम हैगी, होर भी बीवियाँ है, मैं हर एक नाल थोनू इंडिविजुअली केस के बारे इंडिविजुअल जाऊँगा। सो बहुत बहुत धन्यवाद भी जी थोड़ा गलत बातें करना। तो मैं फोकस नाउ टू सरदार संतोख सिंह जी। सरदार संतोख सिंह जी जो कि बेल्जियम विखे वस रहे अफगानिस्तान दे सिखां दे नुमाइंदे ने। तो वीर जी, वाहिगुरू जी का खालसा, वाहिगुरू जी की फतेह। असी अपना वीर जी तो एक जो कहानी सुनी, दिल बड़ा दुखी होया इस कहानी सुन के, पर यह जे एक विरली कहानी नहीं है, होर भी बड़े है जी मुश्किल है, तुसी सानू प्लीज़ दसो होर कितने कितने परिवार है। कहांगा कि ये कहानी नहीं है, ये बिल्कुल सच्चाई है, इस नाल ये वाकया होया है। लेकिन इस वाकया तो अलावा ये सरदार जी देख रहे हो ना, ये सरदार दे माता पिता इस टाइम जो जिन्हों का नाँ है सुरेंद्र सिंह, इस टाइम डिपोर्ट सेंटर बैठे ने, उन्होंने पुलिस लैके गई है डिपोर्ट वास्ते। ये भी एक प्रॉब्लम है इतने, ये बेचारे जाके करेंगे कि अफगानिस्तान, अफगानिस्तान इस टाइम हिंदू सिखा वास्ते कोई जगह नहीं है, उत्थे बहुत ज़्यादा प्रॉब्लम चल रही हैं हिंदुओं वास्ते, सिखा वास्ते, क्यों ऐसी लोग क्या गैर मजहब अफगानिस्तान है चाहते, तो इस वजह करके तो सू बहुत प्रॉब्लम हो। दूसरी गल ये कि साढ़ा उत्थे जोड़ा प्रवेश है इस टाइम बिल्कुल ब्लैक काला ही है, क्यों स्कूल नहीं है, साढ़े बच्चे कितने जाए, पढ़ाई नहीं है, टीचर नहीं है, और कई मुश्किल इस तरह हो कि साढ़े जो बच्चे या जनानियाँ कारोबार नहीं निकल सकते। और दूसरी गल ये कि घर बैठ के तो कोई कुछ सीख सीख सकता नहीं है, तो बेचारे क्या करते हैं, उतों निकलते आते दूसरी शहर पनाह लैन वास्ते, इतने भी आते, इतने भी साल साल गुजर जाते, ना किसी कोई पेपर मिलता, ना किसी कोई घर मिलता, कई लोग इसी तरह बहुत परेशान ने। असी इतने अफगानिस्तान तो आए हैं, बड़ी मुश्किल है, मेरा आदमी उत्थे मारिया गया है, तो इतने सानू बड़ी मुश्किल है, असी इतने भी आए हैं कि सानू इतने पनाह मिले, इतने सानू कुछ भी नहीं मिलया, इतने असी 2-3 बार गए हैं अजील करने, सानू इतने रिपोर्ट पेपर मिले, असी और कितने जाइए, कितने मदद मंगने जाइए।
ਸਾਡੇ ਬੱਚੇ ਛੋਟੇ ਛੋਟੇ ਅਸੀਂ ਮੈਂ ਹੁਣ ਕਿੱਥੇ ਜਾ ਮੈਂ ਉਹ ਸਕੂਲ ਪੜ੍ਹਦਾ ਸਾਨੂੰ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਫਗਾਨ ਬਰਾਦਰੀ ਜਿਹੜੇ ਸਾਡੇ ਸਿੱਖ ਵੀਰ ਜੀ ਜਿਹੜੇ ਇੱਥੇ ਆਏ ਨੇ ਅਤੇ ਭੈਣ ਭਰਾਵਾਂ ਦੀ ਜਿਹੜੀ ਮਦਦ ਕਰਨ ਅਤੇ ਇਹਨਾਂ ਦੀ ਗੱਲ ਸੁਣਨ ਵਾਸਤੇ ਇਹਨਾਂ ਦਾ ਵੀ ਅਤਿ ਧੰਨਵਾਦ ਹੈ ਜੋ ਆਪਣਾ ਕੀਮਤੀ ਸਮੇਂ ਕੱਢ ਕੇ ਆਏ ਨੇ ਅਤੇ ਦੂਜੀ ਗੱਲ ਸਾਡੇ ਭੈਣ ਭਰਾਵਾਂ ਨੂੰ ਇੱਥੇ ਬਹੁਤ ਪ੍ਰੋਬਲਮ ਹੈ ਰਿਪੋਰਟ ਪੇਪਰ ਮਿਲ ਜਾਂਦੇ ਨੇ ਇਹਨਾਂ ਨੂੰ ਬੱਚਿਆਂ ਵੱਲ ਨਹੀਂ ਤੱਕਦੇ ਇਹਨਾਂ ਦੀ ਔਰਤਾਂ ਵੱਲ ਨਹੀਂ ਤੱਕਦੇ ਕਿ ਬੱਚੇ ਕਿੱਥੇ ਜਾਣ ਇਹ ਤਾਂ ਇਹਨਾਂ ਵਾਸਤੇ ਤਾਂ ਬਹੁਤ ਈਜ਼ੀ ਗੱਲ ਹੈ ਜਿਹੜੀ ਪੇਪਰ ਦੇ ਦਿੰਦੇ ਨੇ ਪਰ ਇਹ ਨਹੀਂ ਸੋਚਦੇ ਅਫਗਾਨਿਸਤਾਨ ਦੇ ਹਾਲਾਤ ਕਿਸ ਤਰ੍ਹਾਂ ਨੇ ਉਹ ਤਾਂ ਸਾਰੀ ਪੂਰੇ ਵਰਲਡ ਨੂੰ ਪਤਾ ਹੈ ਅਤੇ ਇਹ ਜਿਹੜਾ ਪੇਪਰ ਲੈ ਲੈਂਦੇ ਨੇ ਅਤੇ ਬਾਅਦ ਵਿੱਚ ਜ਼ਬਾਨ ਨਹੀਂ ਆਉਂਦੀ ਦੂਜਾ ਕੰਮ ਦੀ ਮੁਸ਼ਕਲ ਹੈ ਕੰਮ ਨਹੀਂ ਕਰ ਸਕਦੇ ਪੇਪਰ ਨਾਲ ਅਤੇ ਪਲੀਜ਼ ਪਲੀਜ਼ ਤੁਹਾਡੇ ਅੱਗੇ ਬੇਨਤੀ ਹੈ ਕਿ ਇਹਨਾਂ ਦਾ ਕੁਝ ਸੋਚਿਆ ਜਾਏ ਜਲਦੀ ਸਾਡਾ ਇੱਕ ਸਿੱਖ ਵੀਰ ਜੀ ਜਿਹੜਾ ਬੈਠੇ ਰਿਪੋਰਟ ਸੈਂਟਰ ਦੇ ਵਿੱਚ ਉਹ ਵੀ ਬਹੁਤ ਮੁਸ਼ਕਲਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਅਲੱਗ ਕੀਤਾ ਜਾ ਰਿਹਾ ਬੱਚੇ ਅਲੱਗ ਨੇ ਅਤੇ ਮਾਂ ਪਿਓ ਨੂੰ ਪੇਰੈਂਟਸ ਨੂੰ ਉਹਨਾਂ ਨੂੰ ਵਾਪਸ ਭੇਜ ਰਹੇ ਨੇ ਪਲੀਜ਼ ਦੂਜੀ ਫੈਮਿਲੀ ਨੂੰ ਵੀ ਕੰਟਰੀ ਔਡ ਮਿਲ ਰਿਹਾ ਛੋਟੇ ਛੋਟੇ ਦੋ ਬੱਚੇ ਨੇ ਜਿਨ੍ਹਾਂ ਦੇ ਉਹ ਕਿੱਥੇ ਜਾਣ ਫਿਲਹਾਲ ਤੁਹਾਨੂੰ ਪਤਾ ਅਫਗਾਨਿਸਤਾਨ ਦੀ ਅੱਜ ਤੋਂ ਤਕਰੀਬਨ 70 ਸਾਲ ਪਹਿਲੇ ਦੇ ਹਾਲਾਤ ਕਿੰਨੇ ਖਰਾਬ ਨੇ ਬੰਬ ਬਲਾਸਟ ਹੋਏ ਨੇ ਅਸੀਂ ਆਪਣੀ ਕੰਟਰੀ ਕਦੀ ਨਹੀਂ ਛੋੜੀ ਜਦ ਜਾ ਕੇ ਸਾਡੀ ਇੱਜ਼ਤ ਸਾਡੀ ਸਿੱਖੀ ਦੀ ਪ੍ਰੋਬਲਮ ਸਾਡੀ ਇੱਜ਼ਤ ਦੀ ਧਰਮ ਦੀ ਪ੍ਰੋਬਲਮ ਹੈ ਤਦ ਜਾ ਕੇ ਅਸੀਂ ਇੱਥੇ ਆਏ ਹਾਂ ਅਤੇ ਪਲੀਜ਼ ਫਿਰ ਦੁਬਾਰਾ ਰਿਕੁਐਸਟ ਹੈ ਤੁਹਾਡੇ ਵਾਸਤੇ ਪਲੀਜ਼ ਕੁਛ ਕੀਤਾ ਜਾਏ ਜਲਦ ਤੋਂ ਜਲਦ ਨਹੀਂ ਤਾਂ ਫੈਮਲੀ ਨੂੰ ਇੱਥੇ ਡਿਪੋਰਟ ਹੋ ਗਿਆ ਅਤੇ ਬੱਚਿਆਂ ਵੱਲ ਵੀ ਨਹੀਂ ਤੱਕਣਗੇ ਪਲੀਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇੱਥੇ ਬੈਲਜੀਅਮ ਵਿਖੇ ਜੋ ਇਮੀਗ੍ਰੇਸ਼ਨ ਪ੍ਰੋਬਲਮ ਹੈਗੀ ਡਿਪੋਰਟੇਸ਼ਨ ਕਰਨ ਜਾ ਰਹੇ ਹਾਂ ਸਰਕਾਰ ਕਹਿੰਦੀ ਡਿਪੋਰਟੇਸ਼ਨ ਕੀਤਾ ਜਾਏ ਅਫਗਾਨਿਸਤਾਨ ਦੇ ਸਾਰੇ ਅਫਗਾਨੀ ਨੂੰ ਹਿੰਦੂ ਮੁਸਲਿਮ ਸਿੱਖ ਸਭ ਨੂੰ ਡਿਪੋਰਟ ਕੀਤਾ ਜਾਏ ਉਹਦੇ ਲਈ ਤੁਸੀਂ ਕਿਹਨੂੰ ਕਿਹਨੂੰ ਇੱਥੇ ਅਪਰੋਚ ਕੀਤਾ ਕਿਹੜੀ ਕਿਹੜੀ ਸੰਸਥਾਵਾਂ ਕੋਲ ਗਏ ਤੁਸੀਂ ਅਸੀਂ ਤੱਕ ਜੀ ਕਿਸੇ ਸੰਸਥਾਵਾਂ ਕੋਲ ਨਹੀਂ ਗਏ ਅਸੀਂ ਸਿਰਫ ਆਪਣਾ ਜਿਹੜਾ ਐਡਵੋਕੇਟ ਹੈ ਅਸੀਂ ਸਿਰਫ ਉਸ ਨੂੰ ਪਕੜਿਆ ਉਸੇ ਕੋਲ ਜਾ ਰਹੇ ਹਾਂ ਅਤੇ ਅਜੇ ਤੱਕ ਸਾਨੂੰ ਹੋਰ ਕੁਛ ਪਤਾ ਨਹੀਂ ਕਿ ਅਸੀਂ ਕਿਸ ਕੋਲ ਚਾਹੀਏ ਕਿਸ ਕੋਲ ਨਹੀਂ ਚਾਹੀਏ ਔਰ ਸਾਨੂੰ ਇਹ ਇਮੀਗ੍ਰੇਸ਼ਨ ਦੀ ਬਹੁਤ ਸਖਤ ਆ ਸਾਨੂੰ ਪ੍ਰੋਬਲਮ ਵਾਇਦਾ ਤਾਂ ਸਾਡੀ ਇਮੀਗ੍ਰੇਸ਼ਨ ਦਾ ਪ੍ਰੋਬਲਮ ਜਿਹੜੀ ਹੈ ਇਹ ਹੱਲ ਹੋਣੀ ਚਾਹੀਦੀ ਮਤਲਬ ਕਿ ਬੈਲਜੀਅਮ ਵਿਖੇ ਜੋ ਸਾਡੇ ਲੋਕਲ ਐਮ ਪੀਜ਼ ਨੇ ਜਾਂ ਰੈਫਿਊਜੀ ਕਾਊਂਸਲ ਹੈਗੀਆਂ ਜਾਂ ਹੋਰ ਵੀ ਜਿਹੜੀ ਸਮਾਜਿਕ ਸੰਸਥਾਵਾਂ ਤੁਸੀਂ ਕਿਸੇ ਨੂੰ ਅਪਰੋਚ ਨਹੀਂ ਕੀਤਾ ਨਹੀਂ ਕੀਤਾ ਅਜੇ ਤੱਕ ਕਿਸੇ ਨੂੰ ਅਤੇ ਕਿਉਂ ਨਹੀਂ ਕੀਤਾ ਸਾਨੂੰ ਪਤਾ ਹੀ ਨਹੀਂ ਮਤਲਬ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਮੁਲਕ ਤੁਸੀਂ ਨਵੇਂ ਆਇਆ ਕਿ ਤੁਹਾਨੂੰ ਜ਼ਬਾਨ ਨਹੀਂ ਆਉਂਦੀ ਤਾਂ ਹੀ ਤੁਹਾਨੂੰ ਪਤਾ ਨਹੀਂ ਹੈਗਾ ਜਾਂ ਸਾਨੂੰ ਜ਼ਬਾਨ ਨਹੀਂ ਆਉਂਦੀ ਹੈ ਪੂਰਾ ਸਾਨੂੰ ਇਸ ਗੱਲ ਦੇ ਬਾਰੇ ਮਾਲੂਮਾਤ ਨਹੀਂ ਕਿ ਅਸੀਂ ਕਿਸ ਕੋਲ ਜਾਈਏ ਕਿਸ ਕੋਲ ਨਾ ਜਾਈਏ ਉਹ ਵਕੀਲ ਸਾਡਾ ਵੀ ਅਸੀਂ ਦੱਸਦਾ ਨਹੀਂ ਕਿ ਤੁਸੀਂ ਕਿਸ ਕੋਲ ਜਾਓ ਆਪੇ ਕਹਿੰਦੇ ਇਹ ਚੀਜ਼ ਕਰੋ ਇਹ ਕਰੋ ਇਹ ਕਰੋ ਅਸੀਂ ਕਰਦੇ ਹਾਂ ਸਾਡੇ ਅਹੁਦੇ ਆ ਸਾਨੂੰ ਕਹਿੰਦੇ ਅਸੀਂ ਬਸ ਉਸੇ ਦੀ ਭਰੋਸੇ 'ਤੇ ਬੈਠੇ ਹਾਂ ਬਸ ਸਾਡਾ ਕੁਛ ਹੁੰਦਾ ਨਹੀਂ ਵੀ ਅੱਜ ਤੱਕ ਮਤਲਬ ਤੁਹਾਨੂੰ ਜ਼ਬਾਨ ਇਸ ਮੁਲਕ ਦੀ ਜ਼ਬਾਨ ਨਹੀਂ ਆਉਂਦੀ ਬੈਲਜੀਅਮ ਫ੍ਰੈਂਚ ਜਾਂ ਫ੍ਰੈਂਚ ਨਹੀਂ ਆਉਂਦੀ ਫਲੈਮਿਸ਼ ਨਹੀਂ ਆਉਂਦੀ ਕਿਉਂਕਿ ਤੁਹਾਡੇ ਕੋਲ ਵੀਜ਼ਾ ਨਹੀਂ ਹੈ ਅਤੇ ਤੁਹਾਨੂੰ ਪੜ੍ਹਾਈ ਦਾ ਵੀ ਕੋਈ ਮੌਕਾ ਨਹੀਂ ਮਿਲਦਾ ਪੜ੍ਹਨ ਦਾ ਪੜ੍ਹਨ ਦਾ ਮੌਕਾ ਮਿਲਦਾ ਸਾਨੂੰ ਪੜ੍ਹਾਉਂਦੇ ਹਨ ਵੈਸੇ ਸਾਡੀ ਜਿਹੜੀ ਮੇਨ ਪ੍ਰੋਬਲਮ ਹੈ ਸਾਡੀ ਇਮੀਗ੍ਰੇਸ਼ਨ ਦੀ ਸਾਨੂੰ ਇਮੀਗ੍ਰੇਸ਼ਨ ਜੋ ਹੋ ਜਾਵੇ ਤਾਂ ਬਸ ਸਭ ਕੁਝ ਸਾਡਾ ਠੀਕ ਹੋ ਜਾਂਦਾ ਜੇ ਇਮੀਗ੍ਰੇਸ਼ਨ ਆਏ ਤਾਂ ਮੁਸ਼ਕਲਾਂ ਤੇ ਇੱਕ ਸਾਲ ਤਾਂ ਸਾਰੇ ਸਾਡੇ ਸਿੱਖ ਭਾਈ ਜਿਹੜੇ ਇੱਥੇ ਹਨ ਤਕਰੀਬਨ 150 ਫੈਮਲੀ ਹੈ 150 ਫੈਮਲੀ ਜਿਹੜੀ ਕੰਮ ਫਿਕਰ ਕਰਨਾ ਕਿ 100 ਫੈਮਲੀ ਨਾਰਾਮ ਹੈ 100 ਫੈਮਲੀ ਹੈ ਸਾਡੇ ਇਸ ਤਰ੍ਹਾਂ ਇਮੀਗ੍ਰੇਸ਼ਨ ਦੀ ਵਾਸਤੇ ਤਕਲੀਫ ਇਹ 'ਚ ਕਿ ਸਾਨੂੰ ਇਮੀਗ੍ਰੇਸ਼ਨ ਪਾਜਾ ਸਾਡੀ ਨਾਲ ਹੈਲਪ ਕੀਤੀ ਜਾਏਗਾ ਅਤੇ ਵੀਰ ਜੀ ਇਹ ਪ੍ਰੋਗਰਾਮ ਜਿਹੜੀ ਸੰਗਤਾਂ ਵੇਖ ਰਹੀਆਂ ਦੂਰ ਦੁਰਾਡੇ ਦੁਨੀਆਂ ਵਿਖੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਉਹ ਤੁਹਾਡੀ ਕਿੱਦਾਂ ਮਦਦ ਕਰਨ ਤਾਂ ਸਾਨੂੰ ਜੋ ਸਿੱਖ ਟੀਵੀ ਦਾ ਜੋ ਅਸੀਂ ਧੰਨਵਾਦ ਕਰਦੇ ਹਾਂ ਜੋ ਇੱਥੇ ਆਏ ਨੇ ਸਾਡੇ ਵਾਸਤੇ ਸਾਡਾ ਜੋ ਹਾਲ ਚਾਲ ਪੁੱਛਦੇ ਨੇ ਤਾਂ ਅਸੀਂ ਇਹਨਾਂ ਕੋਲ ਕਹਿੰਦੇ ਹਾਂ ਕਿ ਸਾਡੇ ਜਿਹੜੀ ਪ੍ਰੋਬਲਮ ਹੈ ਅੱਗੇ ਜਾ ਕੇ ਅਤੇ ਕਿਸ ਨੂੰ ਕਹਿਣਾ ਚਾਹੀਦਾ ਉਹਨਾਂ ਕੋਲ ਜਾ ਕੇ ਸਾਡੀ ਜਿਹੜੀ ਪ੍ਰੋਬਲਮ ਦੇ ਬਾਰੇ ਕਹੋਣ ਕਿ ਸਾਡੀ ਪ੍ਰੋਬਲਮ ਜਿਹੜੀ ਹੈ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਕਿ ਤੁਸੀਂ ਸਾਡੀ ਮਦਦ ਲਈ ਇੱਥੇ ਆਏ ਹੋ ਤੁਸੀਂ ਸਾਡੀ ਮਦਦ ਕਰੋ ਅਸੀਂ ਇੱਥੇ ਬਹੁਤ ਪਰੇਸ਼ਾਨ ਹਾਂ ਬਹੁਤ ਦੁਖੀ ਹਾਂ ਸਾਡੀ ਇੱਥੇ ਕੋਈ ਹੈਲਪ ਨਹੀਂ ਗੌਰਮੈਂਟ ਕੋਈ ਹੈਲਪ ਨਹੀਂ ਕਰਦੀ ਜਿਹੜਾ ਕੋਈ ਵੀ ਜਾਂਦਾ ਉਹਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਮੇਰੇ ਦੋ ਬੱਚੇ ਹਨ 3 ਸਾਲ ਹੋ ਗਏ ਮੈਨੂੰ ਇੱਥੇ ਰਹਿੰਦੇ ਹੋਏ ਕੋਈ ਹੈਲਪ ਨਹੀਂ ਗੌਰਮੈਂਟ ਕੋਈ ਨਹੀਂ ਇੰਨਾ ਖਰਚਾ ਨਾ ਪਾਣੀ ਕਰਦਾ ਕੋਈ ਨਹੀਂ ਅਸੀਂ ਬਹੁਤ ਦੁਖੀ ਹਾਂ ਤੁਸੀਂ ਸਾਡੀ ਹੈਲਪ ਕਰੋ ਅਤੇ ਸਾਨੂੰ ਵਾਪਸ ਕਹਿੰਦੇ ਤੁਸੀਂ ਸਾਨੂੰ ਅਫਗਾਨਿਸਤਾਨ ਜਾਓ ਅਸੀਂ ਸਾਨੂੰ ਡਿਪੋਰਟ ਕਰਦੇ ਅਫਗਾਨਿਸਤਾਨ ਸਾਡੀ ਕੋਈ ਜ਼ਿੰਦਗੀ ਨਹੀਂ ਹੈ ਉੱਥੇ ਕੋਈ ਮਦਦ ਨਹੀਂ ਕਿਸੇ ਤਰ੍ਹਾਂ ਦੀ ਵੀ ਅਸੀਂ ਤੁਹਾਡੇ ਕੋਲ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੀ ਮਦਦ ਕੀਤੀ ਹੈ ਅਸੀਂ ਫਿਲਹਾਲ ਹੈਗੇ ਬ੍ਰਸਲਸ ਏਅਰਪੋਰਟ ਜੋ ਕਿ ਬੈਲਜੀਅਮ ਦੀ ਰਾਜਧਾਨੀ ਹੈ ਉਹਦੇ ਬਾਹਰ ਖੜ੍ਹੇ ਹਾਂ ਜਿੱਥੇ
डिटेंशन सेंटर विखे जो परिवार जो अफगानिस्तान डिपोर्ट कर जा रहे हैं उन्होंने असं हूँ ही मिल के आए हैं तो उतों जो सिक्योरिटी से उन्होंने मना किया है कि ना ही डिटेंशन सेंटर की असी कोई वीडियो भरनी है तो ना ही असी परिवार को भी वीडियो भर सकते हैं कोई डॉक्यूमेंट्री लिए तो जे अगर सूँ भरनी भी है यू हैव टू गैट द परमिशन फ्रॉम द मिनिस्टर ऑफ जस्टिस दैट कैन टेक कपल ऑफ मंथ्स सो गलबात कर जा रहे हैं जो परिवार को गुरुद्वारा गुरु नानक दरबार यूके के प्रबंधक भी जो लंडन तो इतने आए हैं तो उन्हीं परिवार को मिल गया वीर जी थोड़ा जुड़ना जी जसबीर सिंह जी मदान जसबीर सिंह जी तुम हूँ ही जो परिवार को मिल गया तो कि लग्या उन्होंने कि महसूस कर महसूस तो बहुत ज़्यादा होया है कि तकरीबन उन्होंने 53, 54 साल उम्र तो बीमार भी हैं सिस्टम दुकार तो जेल के अंदर बैठे हैं उन्होंने मिल के दुख बहुत है उस तो अलावा एक दिन पहले असं और फैमिली भी मिले हैं कि जिस टाइम सारी फैमिली होती की जगह होती है इकट्ठे होकर आके असं मिले हैं लेकिन उनकी परेशानियाँ देख के मन बहुत दुखी है लेकिन अच्छी हम कोशिश करने हैं सारी संस्थाओं जिते भी है हम एक तो कटो के अपना मीडिया के राही सारी रिपोर्ट अपना डिवीजन की गवर्नमेंट इमीग्रेशन में दी जाए ता जो सारे इतने परिवार ना कोई घर है ना कोई सपोर्ट मिलती नहीं सड़कों पर रुलते रहने बच्चे बहुत परेशान हैं कई विधवा बैठी हैं अपने बच्चे के नाल ना उन्होंने कोई घर मिलता है तो ना कोई सपोर्ट मिली नहीं तो मैं सारी संस्थाओं में बेनती करना कि दिलजीत की गवर्नमेंट में इमीग्रेशन में ईमेल राही रिपोर्ट दी जाए कि परिवारों को रिपोर्ट करने की कोशिश ना करे तो इन्होंने इतने सहायता देखो तुम साढ़े नाल से परिवार में सदा सिंह सिंह मेरे को मिल के मन बड़ा उदास होया दुखी हो कि लगभग 16 दिन तो डिटेंशन सेंटर बैठे हैं तो नाले साढ़े वीर सरदार सुखबीर सिंह जी जो हो साथी हैं वो बड़ी कोशिश कर रहे हैं कि इन्होंने डिटेंशन सेंटर कढ़िया जाए जो मैं कल सोलिसिटर ने भी मिलाया है सवेरे भी इन्होंने फोन किए ने सोलिसिटर ने असं भी सोलिसिटर ने ईमेल भेजी है ये देखो कि किस तरह करने गवर्नमेंट के जो कुछ लॉ होंगे ने कुछ इन्हें प्रोसीजर होंगे ने शायद ये प्रोसीजर अज खत्म हो जाए उम्मीद है कि इन्हें इस 2-4 दिन नहीं शायद कोशिश ये हो रही है कि इन्हें डिटेंशन तो बाहर आ जाए देखो ये कोशिश तो हो रही है कि इन्हें डिटेंशन सेंटर बाहर आ जाए तो उदा सू कुछ पक्का है नहीं पर यह जे वीर जी होर जी परिवार बलजम है तुम बलजम के कि 12-13 साल तो रह रहे हो परिवार भी है तो वो की जदोजहद कर रहे हो कि इस तरह जो ये जो डिटेंशन रब करे डिपोर्टेशन ना हो पर यह होर मसले भी हैं उन्होंने का क्या इस तरह कि साढ़े ना पहली बार यह मसला होया तो साड़ी कोशिश है कि हूँ मीडिया राही सारी तरफों कोशिश करते हैं कि अगे तो इस तरह ना हो कोशिश है कि जल्द तो जल्द इन्होंने भी छुड़ा दें गुरु कृपा रहे तो सारे की हेल्प के नाल सब कुछ ठीक हो जाएगा सत्संग जी जो मैं इस बच्चे की माता के पिता ने मिल के आया हूँ तो उन्होंने माता जी भी अखा छथरू आके मेरी अखा भी अखा भर गई तो भी जी तुम अपने मम डैड कि बार मिल सकते हो जबकि डिटेंशन सेंटर जी मैं जब डिटेंशन सेंटर 2-3 बार आया मम्मी डैडी ने मिलना बट असं हम कोशिश कर रहे हैं कि मम्मी डैडी इधरों बाहर कड़ी बट साढ़े इसमें कोई हेल्प सपोर्ट नहीं है फिलहाल तो असं इधर कोशिश कर रहे हैं कि मतलब सोलिसिटर में मिलने हैं उन्हें भी कहें अज हो जाए असं कल असी बट सू कोई सपोर्ट नहीं है ना सू कोई और जगह तो सपोर्ट है असं इस खतरों हूँ गुरुद्वारा प्रबंधक कमेटी लंडन गुरु नानक दरबार कमेटी असं हम इनफॉर्म किया है कि उन्हें साड़ी कोई हेल्प करो हूँ असी और उन्होंने चाहने कि साड़ी कोई हेल्प की जाए उन्होंने देखो तुम डिटेंशन सेंटर है ब्रसल्स विखे रेंदे एंटवर्प है जो इन्ना दूर है फासला बसा तो आना जाना थोड़ा दो भरा भी है वह भी घट उम्र के है इज इट वेरी डिफिकल्ट टू गैट बहुत मुश्किल इधर आना जाना बहुत मुश्किल है तो होर कोई संस्था कोई सपोर्ट नहीं कर रही बेलजियम इधर और कोई संस्था नहीं है सपोर्ट करने वास्ते सिर्फ थोड़ा वकील ही है तो तुम थोड़े वेखण वाले की कहना चाहोगे जी प्लीज असं तो यह कहना चाहते हैं असंडे अगर बेनती करनी है कि इधर सारे की मुश्किल हल करो कोई ना कोई संस्थाओं उसे बैठ के इधर गवर्नमेंट बेलजियम की संगत के बारे भी सोचें क्योंकि इधर ज़्यादातर परिवारों को कार नहीं है तो कई बच्चे स्कूल भी उन्होंने अलाउड नहीं करते सब तो वाडी प्रॉब्लम है पटकियाँ की इधर स्कूल बच्चे पटका अलाउड नहीं करते
ਅਤੇ ਕੁਛ ਅਲਾਊਡ ਨਹੀਂ ਕਰਦੇ ਸਕੂਲ ਜਦ ਬੱਚੇ ਨੂੰ ਐਡਮਿਸ਼ਨ ਕਰਵਾਓ ਅਤੇ ਸਕੂਲ ਬੱਚੇ ਨੂੰ ਕਹਿੰਦੇ ਕਿ ਤੁਸੀਂ ਬਿਨਾਂ ਪੜ੍ਹ ਕੇ ਤੇ ਸਕੂਲ ਆਉਣਾ ਚਾਹ ਸਕਦੇ ਹੋ ਤਾਂ ਆਓ ਨਾ ਤਾਂ ਤੁਹਾਨੂੰ ਸਕੂਲ ਐਡਮਿਸ਼ਨ ਅਸੀਂ ਨਾ ਦੇਣੀ ਆ ਔਰ ਦੂਸਰੀ ਪ੍ਰੋਬਲਮ ਹੈ ਜਦ ਇੱਧਰ ਤਸਲੀਮੀ ਦੇਣੇ ਕੋਈ ਜਾਣ ਦੇਵੇ ਉਸਨੂੰ ਵੀ ਕਹਿੰਦੇ ਕਿ ਬਿਨਾਂ ਪੜ੍ਹ ਕੇ ਤੁਸੀਂ ਫੋਟੋ ਖਿੱਚਣੇ ਨਾ ਤਾਂ ਅਸੀਂ ਤੁਹਾਨੂੰ ਤਸਲੀਮੀ ਵੀ ਇੱਧਰ ਨਾ ਦੇਣੀ ਆ ਔਰ ਦੂਸਰੀ ਗੱਲ ਇੱਧਰ ਇਹ ਕਿ ਜਿਹੜੇ ਮਤਲਬ ਲੋਕਾਂ ਦੇ ਕੇਸ ਰਿਫਿਊਜ਼ ਹੋ ਜਾਂਦੇ ਨੇ ਉਹਦੇ ਬਾਅਦ ਉਹਨਾਂ ਕੋਲ ਕਾਰ ਵੀ ਲਿੱਤਾ ਜਾਂਦਾ ਵੇ ਉਹਨਾਂ ਸੜਕ 'ਤੇ ਆ ਜਾਂਦੇ ਨੇ ਸਾਰੇ ਸਿਰਫ ਅਸਾਈਲਮ ਦੀ ਪ੍ਰੋਬਲਮ ਨਹੀਂ ਬਾਕੀ ਜਿਵੇਂ ਫਰਾਂਸ ਵੇਖੇ ਬੈਲਜੀਅਮ ਵੇਖੀ ਵੀ ਇਹ ਜੋ ਦੀਮਕ ਲੱਗ ਗਈ ਹੈ ਹਿਜਾਬ ਦੀ ਜਾਂ ਦਸਤਾਰ ਦੀ ਉਹ ਇੱਥੇ ਵੀ ਪ੍ਰੋਬਲਮ ਹੈਗੀ ਹੈ ਤਾਂ ਸਤਸੰਗਤ ਜੀ ਅਸੀਂ ਅਸੀਂ ਮੀਡੀਆ ਰਾਹੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਇਹ ਜੋ ਛੋਟੇ ਪਰਿਵਾਰ ਹੈਗੇ ਸਾਡੇ ਗੁਰਸਿੱਖ ਪਰਿਵਾਰ ਹੈਗੇ ਬੈਲਜੀਅਮ ਵਿਖੇ ਰਹਿ ਰਹੇ ਇਹਨਾਂ ਦੀ ਜਿਵੇਂ ਫਰਾਂਸ 'ਚ ਵਿਖੇ ਜਦੋਂ ਜਹਿਦ ਕੀਤੀ ਦਸਤਾਰ ਦੇ ਬਾਰੇ ਇਹਨਾਂ ਨੂੰ ਵੀ ਭਾਵੇਂ ਇਹਨਾਂ ਦੀ ਆਬਾਦੀ ਘੱਟ ਹੈਗੀ ਐਜ਼ ਕੰਪੇਅਰ ਟੂ ਫਰਾਂਸ ਇੱਥੇ ਲੋਕਾਂ ਦੀ ਮਦਦ ਜ਼ਿਆਦਾ ਮੈਂ ਪ੍ਰਿਤਪਾਲ ਸਿੰਘ ਆਪਣੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੌਕਾ ਸਾਨੂੰ ਦਿੱਤਾ ਇੱਥੇ ਆਉਣ ਦਾ ਅਤੇ ਵੀਰ ਜੀ ਤੁਸੀਂ ਐਂਟਵਰਪ ਤੋਂ ਆਏ ਤੁਸੀਂ UK ਤੋਂ ਅਤੇ ਆਪ ਜੀ ਦਾ ਬਹੁਤ ਬਹੁਤ ਮੇਰਾ ਨਾਮ ਨਰਿੰਦਰ ਮਾਨ ਮੇਰਾ ਬੇਟਾ ਇੱਕ ਸਾਲ ਦਾ ਵੇ ਅਸੀਂ ਬੈਲਜੀਅਮ 'ਚ 5 ਸਾਲ ਹੋ ਗਏ ਨੇ ਇੱਥੇ ਰਹਿੰਦੇ ਹੋਏ ਨੂੰ ਸਾਨੂੰ ਕੋਈ ਵੀਜ਼ਾ ਨਹੀਂ ਮਿਲਿਆ ਅੱਜ ਤੱਕ ਅਸੀਂ ਬੜੀ ਪ੍ਰੋਬਲਮ ਵਿੱਚ ਹਾਂ ਸਾਨੂੰ ਕੋਈ ਗੌਰਮੈਂਟ ਹੈਲਪ ਨਹੀਂ ਕਰਦੀ ਪਈ ਹੈ ਸਾਡੇ ਜਿਵੇਂ ਦੀ ਬਹੁਤ ਸਾਰੀ ਫੈਮਿਲੀਜ਼ ਨੇ ਜੋ ਸਾਡੇ ਨਾਲ ਪ੍ਰੋਬਲਮ ਵਿੱਚ ਹੈ ਨੇ 5 ਸਾਲ ਤੋਂ ਉਹਨਾਂ ਨੂੰ ਵੀ ਪ੍ਰੋਬਲਮ ਹੈ ਸਾਨੂੰ ਵੀ ਬਹੁਤ ਪ੍ਰੋਬਲਮ ਹੈ ਵੀਜ਼ਾ ਗੌਰਮੈਂਟ ਦਿੰਦੀ ਨਹੀਂ ਨਾ ਸੁਣਦੀ ਹੈ ਨਾ ਹੈਲਪ ਕਰਦੀ ਹੈ ਫਾਈਨੈਂਸ਼ਲੀ ਵੀ ਅਸੀਂ ਬੜੇ ਪ੍ਰੋਬਲਮ ਵਿੱਚ ਹਾਂ ਮੇਰਾ ਬੇਟਾ ਬਿਮਾਰ ਵੀ ਆਉਂਦਾ ਹੈ ਕੋਈ ਦਵਾਈ ਵਗੈਰਾ ਦੀ ਵੀ ਅਰੇਂਜਮੈਂਟ ਨਹੀਂ ਹੋਈ ਪਿਆਰੀ ਸਤਸੰਗ ਜੀ ਵੈਲਕਮ ਬੈਕ ਟੂ ਸਿੱਖ ਚੈਨਲ ਸਟੂਡੀਓ ਇਨ ਬਰਮਿੰਗਮ ਯੂ ਆਰ ਲਾਈਵ ਔਨ ਚੈਨਲ 840 ਔਰ ਯੂ ਕੈਨ ਵਾਚ ਇਟ ਔਨਲਾਈਨ ਐਟ www.sikhchannel.tv ਤਾਂ ਆਪਾਂ ਗੱਲਾਂ ਬਾਤਾਂ ਕਰਨ ਜਾ ਰਹੇ ਹਾਂ ਦ ਬੈਲਜੀਅਨ ਰੈਫਿਊਜੀ ਕ੍ਰਾਈਸਿਸ ਦ ਪ੍ਰੋਬਲਮ ਆਫ ਅਫਗਾਨ ਸਿੱਖਸ ਮਾਈਨੋਰਟੀਜ਼ ਹਿੰਦੂਸ ਮੁਸਲਿਮਸ ਐਂਡ ਆਲ ਅਫਗਾਨਸ ਆਰ ਗੈਟਿੰਗ ਡਿਪੋਰਟਡ ਬੈਕ ਟੂ ਅਫਗਾਨਿਸਤਾਨ ਅਤੇ ਹੁਣ ਆਪਾਂ ਅਸੀਂ ਜੋ ਛੋਟੀ ਜਿਹੀ ਫਿਲਮ ਦੇਖੀ ਇਹਦੇ ਬਾਰੇ ਗੱਲਾਂ ਬਾਤਾਂ ਕਰ ਜਾਵਾਂਗੇ ਮੈਂ ਸਰਦਾਰ ਡਾਕਟਰ ਤਾਰਾ ਸਿੰਘ ਜੀ ਨੂੰ ਪੁੱਛਾਂਗਾ ਕਿ ਜੀ ਡਾਕਟਰ ਤਾਰਾ ਸਿੰਘ ਜੀ ਸਰਕਾਰ ਯੂਰਪ ਦੀ ਸਰਕਾਰ ਖਾਸ ਕਰ ਇਨ ਪਰਟੀਕੁਲਰ ਨਾ ਬੈਲਜੀਅਮ ਸਰਕਾਰ ਚਾਹੁੰਦੀ ਹੈ ਕਿ ਅਫਗਾਨਿਸਤਾਨ ਦੇ ਵਾਸੀਆਂ ਨੂੰ ਡਿਪੋਰਟ ਕੀਤਾ ਜਾਏ ਅਤੇ ਤੁਸੀਂ ਦੱਸੋ ਤੁਹਾਨੂੰ ਜਾਇਜ਼ ਆਏਗਾ ਪੂਰਾ ਅਫਗਾਨਿਸਤਾਨ ਦੀ ਮੌਜੂਦਾ ਹਾਲਾਤ ਬਾਰੇ ਕਿ ਉੱਥੇ ਸਿਚੁਏਸ਼ਨ ਕੀ ਹੈਗੀ ਅੱਜ ਕੱਲ੍ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿਤਪਾਲ ਸਿੰਘ ਜੀ ਪਹਿਲੇ ਤਾਂ ਜਿਹੜੀ ਫਿਲਮ ਦੇਖੀ ਵਾਕਿਆ ਕਿ ਬਹੁਤ ਦਰਦਨਾਕ ਹੈ ਖਾਸ ਕਰਕੇ ਉਹ ਜਿਹੜੀਆਂ ਬੀਬੀਆਂ ਰੋਣ ਲੱਗੀਆਂ ਨਾ ਵਾਕਿਆ ਬਹੁਤ ਉਹਨਾਂ ਦੀ ਹਾਲਤ ਉੱਥੇ ਖਰਾਬ ਹੈ ਪਰ ਜਿਹਨਾਂ ਨੂੰ ਅਫਗਾਨਿਸਤਾਨ ਡਿਪੋਰਟ ਕੀਤਾ ਜਾਂਦਾ ਹੈ ਅਫਗਾਨਿਸਤਾਨ ਤਾਂ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਉੱਥੇ ਹਾਲਾਤ ਠੀਕ ਨਹੀਂ ਹੈ ਸਿਚੁਏਸ਼ਨ ਠੀਕ ਨਹੀਂ ਖੁਦ ਕਾਬਲ ਦੇ ਵਿੱਚ ਜਿਹੜੀ ਉਹਦੀ ਕੈਪੀਟਲ ਹੈ ਅਫਗਾਨਿਸਤਾਨ ਦੀ ਉੱਥੇ ਜਿਹੜੇ ਸਿੱਖ ਰਹਿ ਰਹੇ ਨੇ ਕਿ ਕੈਪੀਟਲ ਹੈ ਅਤੇ ਉੱਥੇ ਜ਼ਿਆਦਾ ਅਮਨੀਤ ਵੀ ਹੈ ਉੱਥੇ ਸੇਫ ਨਹੀਂ ਪ੍ਰੋਵਿੰਸ ਅਤੇ ਹੋਰ ਜਗ੍ਹਾ ਨੂੰ ਤਾਂ ਛੋੜ ਦਿਓ ਪਰ ਇਹ ਕਿ ਇਹ ਇਹਨਾਂ ਨੂੰ ਅੱਗੇ ਉੱਥੇ ਡਿਪੋਰਟ ਕੀਤਾ ਜਾਂਦਾ ਹੈ ਇਸ ਟਾਈਮ ਖਾਸ ਕਰਕੇ ਲੇਡੀਜ਼ ਨੂੰ ਉਹਨਾਂ ਵਾਸਤੇ ਤਾਂ ਬਿਲਕੁਲ ਉੱਥੇ ਹਾਲਾਤ ਠੀਕ ਨਹੀਂ ਹੈ ਕਿਉਂਕਿ ਉੱਥੇ ਵੀ ਘਰ 'ਚ ਬੈਠੇ ਨੇ ਬਾਹਰ ਨਿਕਲ ਨਹੀਂ ਸਕਦੇ ਪਿੱਛੇ ਵੀ ਤੁਸੀਂ ਨੇ ਇੱਕ ਸ਼ੋਅ ਇੱਥੇ ਦਿਖਾਇਆ ਸੀ ਉਹ ਜੋ ਗਏ ਸਨ ਉੱਥੇ ਗੁਰਦੁਆਰਾ ਸਾਹਿਬਾਂ ਦੀ ਸਾਰੀ ਫੋਟੋਆਂ ਲਿੱਤੀਆਂ ਉੱਥੇ ਵੀ ਉਹ ਦੇਖੇ ਉਹਨੇ ਹਾਲਾਤ ਕਿ ਬੱਚੇ ਜੀ ਗੁਰਦੁਆਰੇ ਦੇ 'ਚ ਬੈਠੇ ਬਾਹਰ ਨਹੀਂ ਨਿਕਲ ਸਕਦੇ ਨੇ ਬੱਚਿਆਂ 'ਤੇ ਵੱਟੇ ਸੁੱਟਦੇ ਨੇ ਜਾਂ ਉਹਨਾਂ ਨੂੰ ਹੋਰ ਇਸ ਤਰ੍ਹਾਂ ਤਾਦੀਦ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਜਿਹੜੀਆਂ ਜਨਾਨੀਆਂ ਉਹ ਵਿਚਾਰੀਆਂ ਬਾਹਰ ਨਿਕਲ ਨਹੀਂ ਸਕਦੀਆਂ ਘਰਾਂ 'ਚ ਬੈਠੀਆਂ ਅਤੇ ਜੇ ਨਿਕਲਦੀ ਵੀ ਆਏ ਉਹਨਾਂ ਵਾਸਤੇ ਪਹਿਲੇ ਜਿਹਨਾਂ ਨੂੰ ਰਿਪੋਰਟ ਕਰੇ ਉੱਥੇ ਏਅਰਪੋਰਟ 'ਤੇ ਪਹੁੰਚਣ ਮੇਰੇ ਖਿਆਲ ਨਾਲ ਕਿ ਏਅਰਪੋਰਟ ਤੋਂ ਤਾਂ ਤਾਂ ਘਰ ਤੱਕ ਹੀ ਨਹੀਂ ਜਾਣ ਇਹਨਾਂ ਦੀ ਹਾਲਾਤ ਬਹੁਤ ਸਿਚੁਏਸ਼ਨ ਠੀਕ ਨਹੀਂ ਰਹੀ ਸੀ ਅਤੇ ਉੱਥੇ ਵੀ ਕਿਉਂਕਿ ਜਨਾਨੀ ਰਾਤ ਹੈ ਨਾ ਇਕੱਲੀ ਫਿਰ ਹਸਬੈਂਡ ਵੀ ਨਾ ਹੋਵੇ ਜਿਸ ਨੂੰ ਉਸਨੇ ਕਿਹਾ ਕਿ ਮੇਰਾ ਹਸਬੈਂਡ ਮਾਰੇ ਗਿਆ ਅਤੇ ਅਗਰ ਜੇ ਉਸਨੂੰ ਰਿਪੋਰਟ ਕਰਦੇ ਭੇਜਦੇ ਅਤੇ ਉੱਥੇ ਫਿਰ ਇਹ ਤਾਂ ਸਾਰਿਆਂ ਨੂੰ ਪਤਾ ਜਾਂ ਸਾਰੀ ਆਲ ਕੰਟਰੀਆਂ ਨੂੰ ਪਤਾ ਹੋਵੇ ਕਿ ਅਫਗਾਨਿਸਤਾਨ ਦੀ ਹਾਲਾਤ ਠੀਕ ਨਹੀਂ ਉੱਥੇ ਉਹਨੀ ਆਪ ਉਹਨਾਂ ਦੀ ਆਪਣੀਆਂ ਜਨਾਨੀਆਂ ਸੇਫ ਨਹੀਂ ਉਹਨਾਂ ਦੇ ਆਪਣੇ ਬੱਚੇ ਸੇਫ ਨਹੀਂ ਜਿਹੜੇ ਗੌਰਮੈਂਟ ਦੀ ਪੋਸਟ 'ਚ ਹੁਣ ਉਹਨੀ ਆਪ ਪੂਰੀ ਤਰ੍ਹਾਂ ਦੇ ਸੇਫ ਨਹੀਂ ਫਿਰ ਇੱਕ ਮਿਨੋਰਟੀ ਜਿਹੜੇ ਹਨ ਉੱਥੇ ਉਹਨਾਂ ਵਾਸਤੇ ਕਿਸ ਤਰ੍ਹਾਂ ਇੱਕ ਸਿਚੁਏਸ਼ਨ ਅੱਜ ਹੋ ਸਕਦੀ ਆ ਉੱਥੇ ਰਹਿ ਸਕਦੇ ਨੇ ਬਹੁਤ ਮੁਸ਼ਕਿਲ ਉਹਨਾਂ ਵਾਸਤੇ ਜਿਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਅਤੇ ਸ਼ਾਇਦ ਉਹਨੀ ਮੇਰੇ ਖਿਆਲ ਨਾਲ ਕਿ ਕਾਫੀ ਉਹਨਾਂ ਉੱਤੇ ਤਕਲੀਫ ਹੋ ਜਾਣ ਦੀ ਅਤੇ ਜਿਸ ਤਰ੍ਹਾਂ ਤੁਸੀਂ ਹੁਣੇ ਦੇਖਿਆ ਬੈਲਜੀਅਮ ਦੇ ਵਿੱਚ ਵੀ
काफ़ी इन्हों प्रॉब्लम है, खास करके यूरोपियन कंट्रियों ने तो सारे पता है कि अफगानिस्तान की हालात किस तरह है, तो जे इन्हों डिपोर्ट किया जाता है तो फिर बड़ी दुख की गल है। इस समय मेरी एक रिक्वेस्ट है होर जड़िया साड़िया संस्थावान कि जिस हथा भी कुछ हेल्प हो सकती है तो इन्होंने नाल कुछ हेल्प की जाए, चाहे एम पी ए थ्रू हो चाहे गोरमेंट कंटैक्ट नाल आपस हो, इस करके इन्होंने हेल्प की जाए तो बहुत अच्छा रहा सी, क्योंकि सालात दे विच अगर नहीं जाऊँ अफगानिस्तान दे चुनाव से सिचुएशन ठीक नहीं। सत्संग जी मैं दसना चाहवा कि अफगानिस्तान बेलजियम विखे जो अफगानिस्तान वासी वसरे माइनोरिटी जड़ी है उन्होंने तादाद एज कंपेयर टू ब्रिटेन बहुत घट है या एज कंपेयर टू जर्मनी बहुत घट है, तो आए भी है जो नवे नवे आए हैं तो ईवन इन जनरली बेलजियम विखे सिखा की आबाद बहुत ही घट है कंपेयर टू फ्रांस बेलजियम जर्मनी और यूके, तो उतों की जो पॉपुलेशन हैगी स्टैबलिश नहीं हैगी। इसके बारे मैं सरदार सुरबीर सिंह जी कहांगे, सुरबीर सिंह जी की तुम इतने बेलजियम रह रहे हो, बेलजियम विखे जिन्हें मैं जानकारी सिर्फ तीन गुरु घर है पूरे बेलजियम विखे, चार गुरु है घर है, तो हम यूके विखे 300-350 तो उपर गुरु घर है, तो इतने इतने लखा की तादाद से सिख रेंगे है, तो उ जे माइग्रेंट्स है सिख साढ़े वो भी दे आर न्यू कमर्स वो तो वह मैक्सीम 15-20 साल तो रह रहे हैं, तो उत्थे कोई इस्टैबलिश असी गए थी जो बेलजियम हो गया, आई यूज़ टू लिव इन द नैदरलैंड्स सो आई एम बिट अवेयर ऑफ द पोलिटिकल सिचुएशन इन बेलजियम, तो मतलब उत्थे जो सिख है साढ़े इस्टैबलिश नहीं है, कोई एम पीज़ नहीं है, कोई तकड़ी कोई सोसाइटीज़ नहीं है कि जो लॉबी कर सकन सरकार विखे साढ़े मुद्दे बारे, वो जो डॉक्यूमेंट्री विखे लास्ट जो काका मनी सिंह ने दसिया कि उत्थे दस्तार की बड़ी प्रॉब्लम है, वी गोना डू ए स्पेशल प्रोग्राम अबाउट द दस्तार इशूज इन बेलजियम कुछ असी तवज्जो देने अटेंशन पे करने इन फ्रांस कुछ फ्रांस इज़ अ बिग कंट्री बट बेलजियम इज़ अ स्मॉल कंट्री बट वी डोंट give any much attention to the problems of turban in Belgium, so we're going to do a special program on that one. The Sardar Surbi Singh ji dasso ke utthe jehdiyan sade Afghanistan de vasre jo minorities hain unna di population kitni hai aaj kal lagbhag is time last 4 saal to assi zyada tar apan family aayi hain, haan ji haan ji pata bada haan ji haan ji haan ji haan ji ते दूसरा जड़ा थोड़ी फैमिलियां ने हाँ जी जो बच्चे भी अजकल इन्ने ज़्यादा इस पे पढ़े लिखे नहीं है कि अफगानिस्तान तो आए उत्थे स्कूल नहीं है, कई होर प्रॉब्लम का सामना करना पैंदा, ते हुण जड़े आए ने बच्चे स्कूल जा रहे सन थोड़ा ठीक हो रहा सी पर गवर्नमेंट ने हुण डिपोर्ट जड़ा शुरू कर दिता है, इहदे नाल सानूं काफ़ी मुश्किलों का सामना करना पैंदा पिया, इस वेले कई लोगों को घर नहीं है, सड़कों ते सो रहे ने, कई प्रॉब्लम का सामना करना पैंदा जो सिखां नूं कदी जिंदगी नहीं देखा गया, तो इस तरह की प्रॉब्लम ने काफ़ी सारिया जो असी सामना कर रहे हैं, तो उत्थे सानू कोई मदद करने वाला सिर्फ एडवोकेट्स वकील दे सिवा कोई होर संस्थावां या हुण जिवें वीर जी ने दस्सिया कहिंदे सानू सानू पता नहीं है कि असी किहदे कोल जाईए, सानू कोई जानकारी नहीं है, सानू कोई रहनुमाई करने वाला नहीं हैगा एज कंपेयर टू ब्रिटेन जे असी इत्थे होंदे आपां वी गॉट तगड़ी तगड़ियाँ जथेबंदी है यूनाइटेड सिक्स वर्गी होर काफ़ी संस्थावं है जो दे हेल्प यू आउट, लोकल एम पीज़ है जो साढ़े हिंदू भी है सिख भी है मुस्लिम भी है लोकल दे स्पीक इन उर्दू दे स्पीक इन फारसी दे स्पीक इन पंजाबी, ते वी गॉट दैट प्रॉब्लम ऑल्सो वट आई नोटिस द इंटरनल डिसप्लेसमेंट्स ऑफ द किड्स, क्योंकि दखनी बेलजियम विखे जबान चलती है फ्रेंच, तो नॉर्दर्न बेलजियम विखे चलती है फ्लेमिश, तो कई परिवार नो सरकार कदी इत्थे पे जांदी है कदी उत्थे पे जांदी है, बच्चों की पढ़ाई भी रुक जाती है, कितने इंग्लिश हैगी कितने फ्रेंच हैगी कितने बेलजियम हैगी फ्लेमिश हैगी, तो तुसी उत्थे कोई एम पी नाल कोई राबता कोई लॉबिंग वास्ते कुछ नहीं कर रहे फिलहाल? अच्छा असी सोच रहे हैं कि मिली है हाँ जी वकील दे थ्रू किसी तरीके हाँ जी, मगर मेन जड़ा हैगा साड़ा जड़ा कमिसारियत जड़ी हैगी उत्थे साड़ा अपना तौलक नहीं है तर्जमान नहीं है, अच्छा अच्छा मेन सानू जड़ी है असी उन्होंने कुछ दसदे हां उन्हें अगे कुछ दसदे ने, साड़ी मेन जी प्रॉब्लम है यह हैगी ट्रांसलेशन दी, जो अपने साढ़े बच्चे अगर वड्डे हो जाए अज नहीं 2-4-5-10 साल तक तो फिर साड़ी प्रॉब्लम सोल हैगी, क्योंकि असी सही तरीके ना हाँ जी ठीक होएगा, मगर अजय जी असी प्रॉब्लम है साढ़े नाल जेडे ज्यादती हो रही है कमी सारी तो साड़ी जी दुख भरी कहानी होंगी है वो हकीकत नाल वो दसी नहीं जाती बयान गलत हो जाते हैं, कमी सारी यानी कि बेलजियम मिनिस्ट्री ऑफ इंटरनल अफेयर्स यानी कि होम ऑफिस जो है होम ऑफिस उत्थे जो तर्जुमान है वो तर्जुमानी गड़बड़ कर देगा बहुत ज्यादा, जो असी दसदे हैं वो जदों वकील को जाने पढ़ते हैं क्योंकि आपे तो पढ़े लिखे है नहीं
तो जो वकील को जाने तो यह प्रॉब्लम है जो उन्होंने दसदे वो कहना तुम यह दसिया वो दसिया असानू वो दसिया ही नहीं होंदा इहदे बारे तुसीं कोई कदम नहीं उठाया असी कोशिश कर रहे हैं मगर साढ़े नाल कोई रबता ही इतना नहीं है असी वकील नाल सलाह करते हैं हूँ थैंक यू कहते हैं अपना गुरु नानक दरबार अफगानिस्तान का इन्होंने साढ़े नाल अगे होकर मदद की है सिख चैनल का थैंक यू कहते हैं कि सिख चैनल अगे होया साढ़े नाल मदद की है साढ़े तो हूँ इन्हों असी टच रहेंगे तो कुछ ना कुछ रस्ता निकलता रहेगा इन्होंने साढ़े नाल प्रोमिस किया होया कि असी कुछ ना कुछ रस्ता थोड़े नाल दसते रहेंगे एम पी नाल भी मिलाने वाला हर तरीके का कोई इस तरह का रस्ता निकालेंगे सरदार हरबंस सिंह जी तुसी अफगानिस्तान यू मेंबर ऑफ द गवर्नमेंट यू वर्किंग विद द अफगान गवर्नमेंट जब तुसी उत्थे रहिंदे सीगे ते थोनू की लगता है जब जब ए नेटो फोर्सेस जो अगले साल वापस तुर जाणगियां यूरोप या अमेरिका वापस ले जाएगी अफगानिस्तान दे अगे नो फ्यूचर की हैगा थोड़े थोड़े नज़रिए च वाहिगुरु जी का खालसा वाहिगुरु जी की फतेह सरदार प्रतपाल सिंह जी जिस साहब जी ने सवाल किया साढ़े को तो सू पता है डेली न्यूज़ तुसी देख रहे हो कि जिस टाइम अफगानिस्तान साड़ी गिनती 60,000 की सी उस टाइम भी सानू ज़्यादा प्रॉब्लम का सामना करना पैंदा सी साढ़े बच्चे उस टाइम भी जब स्कूल जाते सन उस टाइम भी साढ़े नाल ज़्यादती आती सी जिस टाइम साढ़े बच्चे जूड़ा करके जाते सन तो उन्होंने केवल तो केवल एक लफ्स यूज़ करते सन काबुल कचालू के नाते यानी पटाटो जिहड़ा साढ़ा जूड़ा पटाटो नहीं कहते सन जिस टाइम उत्थे साड़ी गिनती 60,000 की सी सानू इन्ना प्रॉब्लम सी तो हुण जिस टाइम साड़ी गिनती उत्थे 2,000 दी या 2,500 दी है साड़ियां नू किन्नी प्रॉब्लम आ रही है उत्थे उन्हां दी अपनियां औरतां सेफ नहीं गोरमेंट ऑफिसर सेफ नहीं नैटो दी फौज उत्थे सेफ नहीं तुसीं सुणियो सी न्यूज़ च कि अज तो कुछ दिन पहला त्रै बंदे या चार बंदे नैटो दे मारे गए तो उस ते फायर किसने कीती जिस दे हथ च गन सी अपनी गोरमेंट दा बंदा पुलिस ने उन्हां ते फायर कीती है जद नैटो उत्थे सेफ नहीं तो जिस टाइम इन्हें उत्थों निकलेंगे अफगानिस्तान की हालत की होनी है वो तो वाहगुरु समझदा है पर साढ़े लोगों वास्ते किसी टाइम भी उत्थे हालत ठीक नहीं सी उन्हां दी आड़ियां औरतां सेफ नहीं और जिस तरह सानू डॉक्यूमेंट्री देखी बिलजीम दी तो जिस तरह जी मनजीत सिंह ने डॉक्टर साहब ने सानू दसिया तो सानू दसी चीज़ दी मनजीत सिंह जी ने किया गोरमेंट एक बंदे नाल हैल्प कर दिए कि उस सैटल हो जाए साढ़े लोगों को जो सैटल नहीं इस टाइम उन्होंने वास्ते गोरमेंट वालों कोई हेल्प नहीं पढ़ाई की हेल्प नहीं उन्होंने कोई सपोर्ट मिल रही नहीं आप जी उन्होंने पता है कि बैरिस्टर का खर्चा सोलिसिटर का खर्चा खास करके यूरोपियन कंट्री विच कितना ज़्यादा है जे साढ़े लोग अगे भी जाण तो उन्होंने अगर बैरिस्टर या कोई भी सोलिसिटर मिल रहा है तो वह शख्स ही आंदा है जो पैसे की डिमांड करन तो उन्होंने को पैसा इस टाइम है नहीं कि उन्होंने सपोर्ट नहीं हो रही तो उन्होंने अगर सपोर्ट नहीं हो रही तो वो इस टाइम जो उन्होंने केस सैटल नहीं वो बाहर जाके कम भी नहीं कर सकते उन्होंने इस चीज़ की भी प्रॉब्लम है तो जड़ी जथाबंदियां साड़ियाँ बाहर कंट्रिया भी रह रही जिस तरह यूएसए रह रही या कनाडा भी रह रही आस्ट्रेलिया भी रह रही या जड़ी यूरोपियन कंट्री जर्मनी में रह रही तो संस्थावान राजस्थान असी भी पूरी कोशिश लगे हाँ कि जी बिलजीम की संगत है साढ़े अफगानिस्तान वाली इन्हों भी पूरी हेल्प करिए ते नाल उन्हां जथाबंदियां कोल असीं रिक्वेस्ट करने आ बेनती करने आ कि अज साढ़े वीरां नूं या पैणा साड़ियां नूं जिस तरह आप जी ने डॉक्यूमेंट्री देखी वो पैणा दी हालत असीं देख के इत्थे साढ़े अक्खियां भरी गईआं उन्हें जो उत्थे रह रहे हैं उन्हां नूं किन्नी प्रॉब्लम है ते सारिआं वालों जिस जिस नाल कॉन्टैक्ट आए ने प्लीज़ इन्हां दी हैल्प करन ते जो जो उन्हां दे हाथ च कोई डॉक्यूमेंट्स अफगानिस्तान तो आए या कोई न्यूज़ आई है कि साढ़े केस सपोर्ट हो सकते हैं पूरी तरह की बिलजीम दे जड़े साढ़े वीर या भैणा उत्थे रह रही हैं उन्होंने पूरा साथ ते हेल्प करन ते असी भी कोशिश लगे हाँ जो पेपर साढ़े हाथ आन गए या जो सेवा साढ़े हाथ हो सी असी बिलजीम की संगत नाल पूर्ण तौर पर सहयोग दे सी प्यारे साहब संगत जी आपां हुण कॉल लवांगे देखते हैं कि हाउ जो प्रोग्राम देखने वाले उन्होंने की विचार आएगा and see if they have a good advice for us te call on to pehla call on to haan ji bhai ji khalsa bhai ji ki fateh ji bhai khalsa bhai ji fateh haan ji bhai ji kaun bol rahe ji main harpal singh bol reha manchester town haan ji harpal singh ji ji aaye ho thoda sikh channel te dasso ji main afghanistan to believe kar raha very good te 2003 ch main afghanistan to holland aaya ji ਤੇ ਉੱਥੇ ਮੇਰੀ ਵਾਈਫ ਨਾਲ ਮੇਰਾ 3 ਮਹੀਨੇ ਦਾ ਬੱਚਾ ਨਾਲ ਸੀ ਤੇ ਮੇਰੀ ਪ੍ਰੋਬਲਮ ਸੀ
जी बहुत बहुत धन्यवाद थोड़ा ये जो सू दसा थोड़े ना की वापरिया तो विजी थोड़ी तुम भी गल की जो रेफ्यूजीज ट्रांसलेटर बारे तर्जुमान बारे रीसेंटली क्या सोया हरपाल सिंह सॉरी मनजीत सिंह पता है असी जो स्पेन वेखे भी इदा ही होया ईरानी तर्जुमान से ईरान बोलते है फारसी बोलते पर दे आर डिफरेंट डायलैक्ट पर वी इन अफगानिस्तान स्पीक दारी स्लाइट डिफरेंट डायलैक्ट उन्होंने पता नहीं है कि अफगानिस्तान सिख रहेंगे वो कहें हो ही नहीं सकता ईरानी कहती अफगानिस्तान सिख हो ही नहीं सकते आयो पाकिस्तान तो आयो या तुम इंडिया तो आयो तो हाँ सानू जरूर ए बारे कुछ सोचना चाहिए सानू आप ही ए बारे जद्दोजहद करनी पेगी अफकोर्स वी वॉन्ट ऑल द एडवोकेसी ग्रुप्स टू हैल्प अस विद दिस हाँ जी वाहेगुरु जी का खालसा वाहेगुरू जी की फतेह जी हाँ जी कौन बोल रहे वीर जी हेलो हाँ जी जी कौन बोल रहे जी हाँ जी मैं विचार सिंह बोल रहा हूँ जी हाँ जी बोलो जी वीर जी बलजीत तो हाँ जी मैं ये बोलना चाहता हूँ मैं भी एक अफगानी हूँ हाँ जी और अफगानिस्तान का सिचुएशन तो ऑल वर्ल्ड को सबको पता है और करीबन 3 जून को काबुल खैरखाना में एक बम के बीच हमारा जसबीर सिंह भी शहीद हो गया बिल्कुल जी हाँ जी विचार सिंह ने फोन बिल्जी में चुना हाँ जी आप तुसी बेल्जियम से बोल रहे जी भाई साहब पाकिस्तान में सिख और हिंदू को वापस भेजना डिपोर्ट करना मेरे हिसाब से उसका जिंदगी पूरा खतरे में हाँ जी मैं आपसे आपकी बात से बिल्कुल सहमत हूँ कितना बोल रहे और वहाँ बच्चों के लिए स्कूल वगैरह और बच्चों के तालीम के लिए भी कुछ भी नहीं फिर सरदार और हिंदू लोगों के लिए थैंक यू वेरी मच भाई साहब आपके फ़ोन कॉल का थैंक यू वेरी मच तो हूँ मैं सरदार राम सिंह जी भोला जी ने पूछागा कि राम सिंह जी हूँ इतनी वीर जी साढ़े को आए हैं बेलजियम तो सूँ दसी प्रॉब्लम दसी असी हूँ अपने लैवल से अपने पद्धर से समाजिक पद्धर से अफगानी सिख होने के नाते हिंदू होने के नाते जो यूके रह रहे हैं असं इन्हें कितना मदद कर सकते हैं जी वाहेगुरु जी का खालसा वाहेगुरू जी की फतेह असी डॉक्यूमेंट्री देखी बहुत मन परेशान होया दुखिया तो असी साड़ी सोसाइटी है असी विचार वटांदरा करके इन्हां जिनी हैल्प हो सकी इन्हां हैल्प करांगे असी नाल इन्हां दे खड़े हां ते वैसे परेशानी तो है सारे वर्ल्ड विच साड़ी अफगानिस्तान की परेशानी है लेकिन इत्थे ठीक है उत्थे बेलजियम हॉलैंड ते वगैरह होर जगह ते परेशानी है ते असी जो हो सकिया असी इन्हां दे नाल ही हां ते एम पी नूं मिलांगे एम पी राई लैटर लिखांगे एनी भी एम पी वाले देखणगे ते उहनां नाल कॉन्टैक्ट करके ते इहनां दा कुछ रस्ता कढ़ांगे ठीक है जी थैंक यू वेरी मच हुण एक होर कॉलर वेट कर रहा जी हाँ जी वाहेगुरु जी का खालसा वाहेगुरु जी की फतेह जी वाहे जी खालसा वाहे जी फतेह हाँ जी वीर जी तुसीं कौन बोल रहे ते कित्थों बोल रहे जी हाँ जी मैं मानक सिंह बोल रहा जी हॉलैंड तो हाँ जी मानक सिंह जी आया थोड़ा सिख चैनल हाँ जी लाइव प्रोग्राम देख रहे सी ते बड़ा जड़ा प्रोग्राम चल रहा हाँ जी मानक सिंह जी तुसी भी कहना चाहोगे जी मेरे वीर त
ਤੇ ਉਹਨਾਂ ਦਾ ਜਿਹੜਾ ਪ੍ਰੋਬਲਮ ਚੱਲ ਰਿਹਾ ਜੀ, ਆਪਾਂ ਵੀ ਇਸੇ ਦੌਰ ਤੋਂ ਗੁਜ਼ਰੇ ਹਾਂ ਹਾਲੈਂਡ ਤੋਂ 8-10 ਸਾਲ ਪਹਿਲੇ। ਠੀਕ ਹੈ ਜੀ। ਤੇ ਹੁਣ ਜਿਹੜੇ ਆਪਣੇ ਵੀਰ ਭਰਾ ਨੇ ਉਹਨਾਂ ਨੂੰ ਇਹ ਰਿਕੁਐਸਟ ਕਰਨੇ ਵੀ ਤੁਸੀਂ ਜਿਹੜੇ ਇਕੱਠੇ ਹੋ ਕੇ ਜਿਹੜੇ ਵੀ ਹਿਊਮੈਨਿਟੀ ਦੇ ਦਫ਼ਤਰ ਨੇ ਤੇ ਜਿਸ ਤਰ੍ਹਾਂ ਸਵਿਟਜ਼ਰਲੈਂਡ ਹੋ ਗਿਆ ਅਮੈਰੀਕਾ, ਤੇ ਉਸ ਟਾਈਮ ਆਪਾਂ ਵੀ ਇਸ ਤਰ੍ਹਾਂ ਕੀਤਾ ਸੀ ਕੈਂਪ ਵਿੱਚ 3-4 ਫੈਮਿਲੀ ਇਕੱਠੇ, ਤੇ ਇਸ ਦੇ ਥਰੂ ਕਾਫੀ ਹੈਲਪ ਹੋਈ ਤੇ ਆਪਾਂ ਵੀ ਚਲੋ ਅੱਜ ਡੇਟ ਤੇ ਉਹਨਾਂ ਨੇ ਇਮੀਗ੍ਰੇਸ਼ਨ ਪਾਸ ਕਰਕੇ ਸਟੇਟਸ ਦੇ ਦਿੱਤਾ ਵਾਹਿਗੁਰੂ ਦੀ ਕਿਰਪਾ ਨਾਲ। ਤੇ ਹੁਣ ਇਹ ਬੇਨਤੀ ਹੈ ਕਿ ਚਲੋ ਅਗਰ ਅਫਗਾਨਿਸਤਾਨ ਪ੍ਰੋਬਲਮ ਹੈ ਉਹ ਤੇ ਕਾਮਨ ਪ੍ਰੋਬਲਮ ਹੈ, ਤੇ ਹੁਣ ਇਹ ਸਾਰੇ ਇਕੱਠੇ ਹੋ ਕੇ ਇੱਕ ਤਾਂ ਇੱਕ ਐਡੋਕੇਟ ਜਿਹੜਾ ਹੈ ਵਕੀਲ ਨਾਲ ਗੱਲ ਕਰ ਲਓ, ਤੇ ਇਕੱਠੇ ਹੋ ਕੇ ਸਾਰੇ ਜਿਹੜੇ ਵੀ ਹਿਊਮੈਨਿਟੀ ਦਫ਼ਤਰ ਨੇ ਜਿਸ ਤਰ੍ਹਾਂ ਐਮਨੈਸਟੀ ਨੈਸ਼ਨਲ ਹੋ ਗਏ, ਔਰ ਵੀ ਸਵਿਟਜ਼ਰਲੈਂਡ ਅਮਰੀਕਾ ਹੋਲੈਂਡ ਜਿੱਥੇ ਵੀ ਹਨ, ਚਿੱਠੀ ਬਰੀਫ ਲਿਖ ਕੇ ਭੇਜ ਦਿਓ ਤੇ ਇਕੱਠੇ ਹੋ ਕੇ ਜ਼ਰੂਰ, ਕਿਉਂਕਿ ਇਕੱਲੇ ਤੇ ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ ਜੀ। ਪੁੱਛਣਾ ਵੀ ਤੁਹਾਡਾ ਕੀ ਪ੍ਰੋਬਲਮ ਹੈ, ਹੁਣ ਆਪਣਾ ਸਾਰਾ ਕਾਮਨ ਪ੍ਰੋਬਲਮ ਹੈ ਉੱਥੇ ਸਿਕਿਉਰਿਟੀ ਦਾ ਅਤੇ ਆਪਣੇ ਮਜ਼ਹਬ ਦਾ, ਅਤੇ ਉਹਨੂੰ ਫਿਰ ਆਪਾਂ ਇਸ ਤਰ੍ਹਾਂ ਸੋਲਵ ਕਰ ਸਕਦੇ ਹਾਂ ਕਿ ਇਕੱਠੇ ਹੋ ਕੇ ਇੱਕ ਵਕੀਲ ਕਰ ਲਈਏ, ਅਤੇ ਉਸ ਤੋਂ ਬਾਅਦ ਜਿਹੜੇ ਵੀ ਹਿਊਮੈਨਿਟੀ ਦਫ਼ਤਰ ਨੇ ਉਹ ਸਾਰੇ 'ਤੇ ਆਪਾਂ ਰਿਕੁਐਸਟ ਲੈਟਰ ਭੇਜ ਕੇ ਅਤੇ ਯੂਰੋਪੀਅਨ ਕੋਰਟ ਜਾ ਕੇ ਵੱਡੇ 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 ਜਗ੍ਹਾ ਜਾ ਕੇ ਤਾਂ ਕਿ ਇਸ਼ੂ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਚੱਲ ਜਾਏ, ਫਿਰ ਇਹ ਮੇਰੇ ਹਿਸਾਬ ਨਾਲ ਸਟੋਪ ਹੋ ਸਕਦਾ ਜੀ। ਮਾਣਾ ਸਿੰਘ ਜੀ, ਤੁਸੀਂ ਬੋਲ ਰਹੇ ਹੋ ਹੋਲੈਂਡ ਤੋਂ, ਹੋਲੈਂਡ ਬੋਲਦੀ ਭਾਸ਼ਾ ਬੋਲੀ ਜਾਂਦੀ ਡੱਚ, ਅਤੇ ਬੈਲਜੀਅਮ ਜ਼ਿਆਦਾਤਰ ਸਾਡੇ ਜਿਹੜੇ ਸਿੱਖ ਪਰਿਵਾਰ ਰਹਿੰਦੇ ਅਫਗਾਨਿਸਤਾਨ ਦੇ, ਉਹ ਵੀ ਡੱਚ ਬੋਲਦੇ ਹੈਗੇ। ਪਰ ਤੁਸੀਂ ਕੋਸ਼ਿਸ਼ ਕਰੋ ਸਾਡੇ ਵੀਰਾਂ ਨਾਲ ਕੋਂਟੈਕਟ ਕਰੇ, ਸਰਦਾਰ ਸੁਰਬੀਰ ਸਿੰਘ ਅਤੇ ਹੋਰ ਵੀ ਜਿਹੜੇ ਸਾਡੇ ਕਮਿਊਨਿਟੀ ਲੀਡਰਸ ਹੈਗੇ ਬੈਲਜੀਅਮ ਵਿਖੇ, ਕੋਂਟੈਕਟ ਕਰੋ। ਮੈਨੂੰ ਪਤਾ ਹੋਲੈਂਡ ਵਿਖੇ ਜੋ ਸਾਡੇ ਸਿੱਖ ਰਹਿ ਰਹੇ ਹੈ ਕਾਫੀ ਟਾਈਮ ਤੋਂ ਰਹਿ ਰਹੇ ਹੈ, ਦੇ ਆਰ ਵੈਲ ਇਸਟੈਬਲਿਸ਼ਡ, ਸੋ ਪਲੀਜ਼ ਤੁਸੀਂ ਗੈਟ ਇਨ ਟੱਚ ਵਿਦ ਭਾਈ ਸਾਹਿਬ ਐਂਡ ਸੀ ਇਫ ਯੂ ਕੈਨ ਹੈਲਪ ਦੈਮ ਆਊਟ। ਥੋੜ੍ਹਾ ਸਾਡੇ ਚੈਨਲ 'ਤੇ ਆਉਣ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਸਵਿੰਦਰ ਸਿੰਘ ਜੀ, ਤੁਸੀਂ ਜਲਾਲਾਬਾਦ ਦੇ ਰਹਿਣ ਵਾਲੇ, ਜਲਾਲਾਬਾਦ ਜੋ ਕਿ ਪਾਕਿਸਤਾਨ ਦੇ ਬਿਲਕੁਲ ਨਾਲ ਹੈਗਾ, ਯਾਨੀ ਨੰਗਰਾਰ ਪ੍ਰੋਵਿੰਸ ਦੀ ਪਾਇਤਖਤ ਐਜ਼ ਏ ਕੈਪੀਟਲ ਹੈਗੀ, ਅਤੇ ਤੁਸੀਂ ਦੱਸੋ ਕਿ ਜਲਾਲਾਬਾਦ ਕਾਬੁਲ ਤੋਂ ਥੋੜ੍ਹਾ ਡਿਫਰੈਂਟ ਹੈਗਾ ਪੋਲੀਟੀਕਲੀ, ਅਤੇ ਉੱਥੇ ਸਭ ਨੂੰ ਪਤਾ ਹੈ ਕਿ ਨੌਰਥ ਸਦਰਨ ਅਫਗਾਨਿਸਤਾਨ ਤਾਲਿਬਾਨਾਂ ਦਾ ਕਾਫੀ ਬੋਲਬਾਲਾ ਹੈਗਾ, ਅਤੇ ਜੇ ਸਾਡੇ ਵੀਰ ਭੈਣ ਡਿਪੋਰਟ ਕਰਕੇ ਉੱਥੇ ਜਾਣ, ਤਾਂ ਉੱਥੇ ਕੀ ਅੱਜ ਕੱਲ੍ਹ ਤੁਹਾਨੂੰ ਕੁਝ ਆਰ ਯੂ ਇਨ ਟੱਚ ਵਿਦ ਪੀਪਲ ਓਵਰ ਦੇ, ਲੋਕਾਂ ਨਾਲ ਗੱਲਬਾਤ ਥੋੜ੍ਹੀ ਚੱਲ ਰਹੀ ਹੈ ਅਫਗਾਨਿਸਤਾਨ ਜਲਾਲਾਬਾਦ ਵਿਖੇ ਅੱਜ ਕੱਲ੍ਹ, ਉੱਥੋਂ ਦੇ ਕੀ ਸਮਾਚਾਰ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੈ ਕਿ ਅਫਗਾਨਿਸਤਾਨ ਦੇ ਹਾਲਾਤ ਅੱਜ ਦੀ ਡੇਟ, ਅੱਜ ਕਿ ਅੱਜ ਕਿੰਨੇ ਸਾਲਾਂ ਤੋਂ ਮਤਲਬ ਉੱਥੇ ਹਾਲਾਤ ਬਿਲਕੁਲ ਖਰਾਬ ਚੱਲ ਰਹੇ ਨੇ, ਝਗੜੇ ਝੁਗੜੇ ਚੱਲ ਰਹੇ ਨੇ, ਉਹਨਾਂ ਦੇ ਬਾਵਜੂਦ ਵੀ ਜਿਹੜੇ ਸਾਡੇ ਲੋਕ ਹੁਣੇ ਆਂਡਾ ਜੀ ਨੇ ਕਿਹਾ ਕਿ ਉੱਥੇ ਅਸੀਂ ਜਿਸ ਟਾਈਮ ਮਕਤਬ ਸਕੂਲ ਜਾਂ ਉੱਥੇ ਜਾਂਦੇ ਹਾਂ ਸਾਨੂੰ ਕਚਾਲੂ ਜਾਂ ਹੋਰ ਕਿਸੇ ਨਾਂ 'ਤੇ ਬੁਰੇ ਬੁਰੇ ਲਫ਼ਜ਼ਾਂ ਦੇ ਨਾਂ 'ਤੇ ਯਾਦ ਕੀਤਾ ਜਾਂਦਾ ਸੀ, ਲੇਕਿਨ ਉਸ ਤੋਂ ਬਾਅਦ ਜਿਹੜੇ ਹਾਲਾਤ ਕਿ ਹੋਰ ਖਰਾਬ ਗਏ, ਤਾਂ ਹੋਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਪੁਜੀਸ਼ਨਾਂ ਬਣ ਗਏ ਕਿ ਮਕਤਬ ਜਾਂ ਸਕੂਲ ਤਾਂ ਇੱਕ ਸੈਟ ਰਹਿ ਗਏ, ਘਰ ਤੋਂ ਨਿਕਲਣ ਟਾਈਮ ਤੋਂ ਬਾਅਦ ਵੀ ਸਾਡੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਜਾਂ ਦੁਕਾਨਾਂ 'ਤੇ ਵੀ ਬੈਠ ਕੇ ਪਰੇਸ਼ਾਨੀ ਹੁੰਦੀ ਸੀ। ਹੁਣ ਗੱਲ ਇਹ ਕਿ ਸਾਡੇ ਲੋਕ ਜਿਹੜੇ ਉੱਥੇ ਜਿਤਨੇ ਇੱਥੇ ਆਉਂਦੇ ਨੇ ਯੂਰਪ ਤੋਂ, ਯੂਰਪ ਆਉਂਦੇ ਨੇ ਕਾਰੋਬਾਰ ਆਪਣਾ ਛੱਡ ਕੇ, ਘਰ ਵੇਚ ਕੇ, ਦੁਕਾਨਾਂ ਵੇਚ ਕੇ ਆ ਜਾਂਦੇ ਨੇ, ਜੇ ਦੁਬਾਰਾ ਉਹਨਾਂ ਨੂੰ ਭੇਜਿਆ ਜਾਵੇ, ਜਿਸ ਤਰ੍ਹਾਂ ਹੁਣ ਜਲਾਲਾਬਾਦ ਤੁਸੀਂ ਚਲੇ ਜਾਓ ਕਿਸੇ ਟਾਈਮ ਪੂਰਾ ਬਾਜ਼ਾਰ ਦੀ ਜਾਂ ਕੱਪੜੇ ਦੀ ਮਾਰਕੀਟ ਸਾਡੇ ਸਾਰੇ ਸਿੱਖਾਂ ਕੋਲ ਆਉਂਦੀ ਸੀ ਜਾਂ ਹੋਰ ਦੁਕਾਨਾਂ ਸਾਰੇ ਸਿੱਖਾਂ ਕੋਲ ਆਉਂਦੀ ਸਨ। ਹੁਣ ਅੱਜ ਦੀ ਡੇਟ ਤੁਸੀਂ ਜਾਓ ਇੱਕ ਸਿੱਖ ਦੀ ਦੁਕਾਨ ਵੀ ਤੁਹਾਨੂੰ ਬਹੁਤ ਮੁਸ਼ਕਿਲ ਨਾਲ ਜਾਂ ਦੋ ਸਿੱਖਾਂ ਦੀ ਦੁਕਾਨ ਮੁਸ਼ਕਿਲ ਨਾਲ ਮਿਲੇਗੀ, ਕਿਉਂਕਿ ਦੁਕਾਨਾਂ ਆਲਰੇਡੀ ਸਾਰਿਆਂ ਨੇ ਵੇਚ ਚੁੱਕੇ ਨੇ। ਉਹ ਹੁਣ ਉੱਥੇ ਜਾ ਕੇ ਉੱਥੇ ਵਸਣਾ ਵੀ ਉੱਥੇ ਔਖਾ ਹੈ, ਉੱਥੇ ਬੱਚਿਆਂ ਦੀ ਪੜ੍ਹਾਈ ਦਾ ਬੜਾ ਔਖਾ ਹੈ, ਸਰਕਾਰੀ ਸਕੂਲ ਦਾ ਬੱਚੇ ਤਾਂ ਕੋਈ ਜਾਣਦਾ ਹੀ ਨਹੀਂ ਇਸੀ ਪਰੇਸ਼ਾਨੀ ਕਰਕੇ, ਸਾਡੇ ਕੋਲ ਗੁਰਦੁਆਰੇ ਦੇ ਜਿਹੜੇ ਸਕੂਲ ਹੈ ਉੱਥੇ ਕੀ ਪੜ੍ਹਾਈ ਹੋਵੇ ਤੁਹਾਨੂੰ ਆਪੇ ਪਤਾ। ਬਾਕੀ ਰਹਿ ਗਿਆ ਜਲਾਲਾਬਾਦ ਜਿਹੜਾ ਹੈ ਤਾਲਿਬਾਨਾਂ ਦੇ ਹਿਸਾਬ 'ਤੇ ਠੀਕ ਹੈ, ਪਾਵਰਫੁੱਲ ਰਹੇ ਹਮੇਸ਼ਾ ਤਾਲਿਬਾਨ ਉੱਥੇ ਹੈਵੀ ਰਹਿਣ, ਹੁਣ ਵੀ ਹੈਵੀ ਹੈਗੇ ਨੇ, ਸਾਡੇ ਲੋਕਾਂ ਨੂੰ ਇਸੀ ਕਰਕੇ ਵੀ ਪਰੇਸ਼ਾਨੀ। ਅਤੇ ਅਸੀਂ ਬਾਕੀ ਸਾਡੇ ਭਰਾ ਜਿਹੜੇ ਹੁਣ ਬਿਲਜਿੰਗ ਤੋਂ ਇੱਥੇ ਆਏ, ਨਾਲੇ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਮਨਜੀਤ ਸਿੰਘ ਗਰੋਵਰ ਜਾਂ ਇਹ ਉਹਨਾਂ ਦੇ ਸਾਡੇ 'ਤੇ ਬਿਲਜਿੰਮ ਗਏ, ਜੋ ਹਾਲਾਤ ਉਹਨਾਂ ਨੇ ਵੇਖੇ ਆ ਕੇ ਇੱਥੇ ਇਹਨਾਂ ਨੇ ਸਾਨੂੰ ਦੱਸੀ, ਅਤੇ ਨਾਲ ਹੀ ਅਸੀਂ ਜਿਹੜੇ ਇਹ ਫਿਲਮ ਦੇਖੀ, ਸਾਡਾ ਬਹੁਤ ਦਿਲ ਦੁਖਿਆ, ਵਾਕਈ ਤੌਰ 'ਤੇ ਬਹੁਤ ਦਿਲ ਦੁੱਖ ਰਿਹਾ, ਅਤੇ ਅਸੀਂ ਉਹਨਾਂ ਦੇ ਨਾਲ ਸਪੋਰਟ 'ਚ ਖੜ੍ਹੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਤਨੀ ਸੇਵਾ ਹੋ ਸਕੇ ਬਿਲਜਿੰਮ ਚਾਹੇ ਹਾਲੈਂਡ ਚਾਹੇ ਜਰਮਨੀ ਚਾਹੇ ਜਿੱਥੇ ਵੀ ਹੋ ਸਕੇ,
उन्होंने असं हैल्प करा तो बाकी सानू ये विलजिया जी प्रॉब्लम है असं उन्होंने ये बेनती कर रहे जिस तरह हम पहले हम किसी ने फोन पर भी दसिया कि इन्हें इकट्ठ हो के उतों के एम पी जा उ भी एक गल इन्हें अगे अपनी गल पहुँचा सन ताकि इन्हें उस हिसाब उस लेवल इन्हें अगे जा सक। वाहेगुरु जी का खालसा वाहेगुरु जी की फतेह। लगता एक होर कॉलर वेट कर रहे आप कॉल लैके आपे तो अगे तुरद जी। वाहेगुरु जी का खालसा वाहेगुरु जी की फतेह जी। हैलो लगता कॉल ड्रॉप हो गई है तो हूँ मैं आवगा सरदार रजिंदर सिंह जी तुसी सुखमनी साहब जो यूथ परिवार हैगा यूथ सोसाइटी हैगी थोड़ी गुरुद्वारा गुरु नानक दरबार विखे दे आर डूइंग वेरी वैल इन टर्म्स ऑफ धर्म प्रचार लई उन्होंने सुखमनी साहब होंगे कीर्तन क्लास होती है सब कुछ दे डूइंग वेरी वैल पर जिदा ना कि अजकल थानू चाहिए कि हूँ जिम्मे भी जिंदा सा कि बेलजियम विखे साढ़े कोई पढ़े लिखे नहीं है कोई मदद करने क्योंकि उन्होंने नवे आए गए लैंग्वेज प्रॉब्लम है वे एस इन द यूके सानू काफ़ी 15-20 साल तो असं स्टे कर रहे हैं तो कि सानू नहीं चाहता एक सिख नू संत नाल सिपाही भी होना चाहिए ठीक है इबादत भी करनी चाहिए भगती भी करनी चाहिए और नाल नाल जिते सानू लोड़ हैगी अपने धर्म लई उत्थे भी खड़ा होना चाहिए कि यह जी सिचुएशन हम साढ़े पढ़े लिखे है कि तुसी गल्लां बातें करते डिस्कशन करते हो कि हाँ जी हाउ कैन वी हैल्प आवर ब्रदर्स इन बेलजियम फ्रांस या होर जिन्हों पढ़े लिखे वी कैन डू राइट लैटर्स टू एमपीज़ इस बारे कुछ कुछ चर्चा करते हो तुसी। जी फिल्म असी अच्छी टली फिल्म असी देखी बेलजियम की तुसी इमेजिन करो कि अगर अज यूरोप दे विच साडे सिख नौजवान बच्चे सिख फैमलियां अज जिन हालातों के गुजर रही ने तो अज अगर उन्होंने फैमलिया या नौजवान बच्चे इतों डिपोर्ट किया जाता है तो उन्होंने बच्चों के अफगानिस्तान किस तरह के हालात रहेंगे यह साढ़े नाल बीती हुई कहानियां ने जो असी जिस तरह विजन तुम दसिया कि मकतबा स्कूलों के मुसलमान सानू किवें तंग करते उस टाइम की गलों तुम छड़ के लेकिन हुण दे हालात भी तुम ये देखो सानू ये तुम ये देखो कि अज के हालात जिहड़े जिहड़े विलायतों तो जिहड़े लोग आए हैं जिहड़े मुसलमान आए हैं वो तो सिख धर्म बारे उन्होंने पता भी नहीं है तो वो सिखां दी कितनी मुश्किलां आनी गुजरूंगी अज असी इस कंट्री विच आके नौजवान बच्चों ने अपने आप नूं सैटल होने की कोशिश की है लेकिन जिहड़े नौजवान बच्चे साढ़े पिछे रह गए हैं या जिस तरह के बेलजियम विच देखो तुसी वीर जी बेलजियम की गवर्नमेंट यूरोप जिहदे विच ह्यूमन राइट्स पूरा हैगा फ्रीडम है वो पगड़ी नहीं बन सकते तो अज अगर उन्होंने वापस किया जाएगा तो उन्होंने उन्होंने मुसलमानों की रिएक्ट होएगा वो किस तरह उन्होंने बिहेव करेंगे या उन्होंने किस तरह रखेंगे खास करके नौजवान बच्चों पर क्योंकि उन्होंने नज़र भी होंदिया ने कि वो अपने आप नाल अपनी कम्यूनिटी लेना चाहते हैं या उन्होंने इस्लाम में कन्वर्ट करना चाहते हैं या अपने नाल कई तरह के होर जब्बे लैके जाना चाहते हैं तो इन मेरे बुजुर्ग जोड़े बैठे ने गुरुद्वारा गुरु नानक दरबार के मैंबरान साहब जोड़े कि गोरमेंट की पोस्टा भी रह चुके हैं मैंबर साहबान पार्लीमेंट भी रह चुके हैं उन्होंने उन्होंने टाइमों के हालात में भी वो इस गल्लू दस सकते हैं कि साढ़े नौजवान बच्चों दिया फैमलिया किस तरह गुजरेगा खास करके उन्होंने बीबिया जिन्हें बीबिया उ कोई जिस तरह तुम दसया गया जी पिछले तुम डॉक्यूमेंट्री दिखाई सी अफगानिस्तान के बीबिया के उ कोई फ्यूचर नहीं है तो इस बारे मैं ये जरूर कह कि बेलजियम की गोरमेंट उन्होंने जाके उन्होंने रिक्वेस्ट कर तो असं सारे इकट्ठे एकजुट होइए तो असं एक दूसरे की हैल्प कर सकें कि जेड़े जेड़े कम्यूनिटी के साडे अफगान ब्रदरी यूरोप जिते है असं सारे इकट्ठे होइए इन्हों को जाके बेनती करिए कि एज़ अ ह्यूमन राइट्स सानू राइट बनता है असं अज तुहाडे कोल पनाह लैने आए हैं जे तुसी सानू इत्थे पनाह नहीं दोगे सानू तुसी उस कंट्री पै जाओगे जिथे साडी कोई सेफ्टी नहीं है ना कोई बच्चों का कोई फ्यूचर है ना उत्थे कोई मकतब ने ना उत्थे कोई स्कूल ने ना उत्थे किसी का कोई फ्यूचर नहीं गुरुद्वारों के लोग फैमलियां रह रही ने एक एक कमरे के 15-15 फैमलियां रह रही ने यह अजकल रीसेंट दी साड़ी अजकल जिहड़ियां 2-4 साड़ी फैमलियां लोग आए हैं उन्होंने ये पता चलिया है कि उस सानू इस तरह की प्रॉब्लम आ रही ने तो मैं स्पैशली कोशिश साड़ी यही रहेगी तो मेरी बेनती है बेलजियम की गवर्नमेंट को प्लीज़ उन्होंने जितनी हैल्प हो सकती है तुसी उन्होंने इस गलते सपोर्ट करो। वाहेगुरू जी का खालसा वाहेगुरू जी की फतेह। बहुत बहुत धन्यवाद थोड़ा वीर जी। लगता है एक लास्ट कॉलर वेट कर रहे हैं आप एक कॉल लैके वी गोना रैप अप द शो। वाहेगुरू जी का खालसा वाहेगुरू जी की फतेह जी। हेलो जी आवाज आ रही? हाँ जी हाँ आ रही है जी। वीर जी तुम कौन बोल रहे जी? जी मैं इमरान है। हाँ जी मेरा ताल्लुक पाकिस्तान तो है तो मैं थोड़ा प्रोग्राम देख रहा सी। शुक्रिया जनाब
कही है जी जनाब, की कहना चाहते हो तुसी जनाब? मैं सिर्फ ये कहना चाहना कि यूके दे विच बहुत सारे ऐसे आए थे इंटरप्रेटिंग सर्विसेज आए ने जिते तेनू जर्मन, फ्रेंच, हॉलैंड, डच 100 तो ज्यादा जबान दे बंदे तेनू इथे लभदे ने इंटरप्रेटर। बिल्कुल ठीक है, ते ए ताड़ी कम्युनिटी इन्नी वड्डी है, स्ट्रांग कम्युनिटी है, ताड़े ते कोई नहीं प्रॉब्लम नहीं अगर तुसी 4-5 बंदे इथों फ्रेंच या जर्मन जे ਡਾਕਟਰ ਜੋ ਵੀ ਨੇ ਤੁਸੀਂ ਉਹਨਾਂ ਨੂੰ ਲੈ ਜਾਓ, ਹਾਂਜੀ ਉਹਨਾਂ ਨੂੰ ਹਾਇਰ ਕਰੋ ਤੁਸੀਂ, ਉੱਥੇ ਸੋਲਿਸਟਰ ਦੇ ਥਰੂ ਮਸਾਲ ਪ੍ਰੋਪਰ ਤਰੀਕੇ ਨਾਲ ਕਾਉਂਸਲਿੰਗ ਕਰਨਗੇ ਤੇ ਉਹਦੇ ਨਾਲ ਬਹੁਤ ਸਾਰਾ ਡਿਫਰੈਂਸ ਪੈ ਜਾਏਗਾ। ਇਹਦੇ ਇਲਾਵਾ ਤੁਹਾਡੇ ਜਿਹੜੇ ਯੂਕੇ ਦੇ ਸੋਲਿਸਟਰਸ ਨੇ, ਕਿਉਂਕਿ ਜਿਹੜੀ ਸੋਲਿਸਟਰ ਰੈਗੂਲੇਸ਼ਨ ਅਥਾਰਟੀ ਹੈ ਯੂਕੇ ਦੀ ਪੂਰੇ ਆਲ ਓਵਰ ਦਾ ਵਰਲਡ ਰੈਕਗਨਾਈਜ਼ਡ ਹੈ, ਵੈਰੀ ਗੁੱਡ, ਤੁਹਾਡੇ ਜਿਹੜੇ ਵਕੀਲ ਨੇ ਇੱਥੇ ਦੇ ਤੁਹਾਨੂੰ ਉੱਥੇ ਰਿਪ੍ਰੈਜ਼ੈਂਟ ਕਰ ਸਕਦੇ ਨੇ, ਠੀਕ ਹੈ, ਤੇ ਇਹਦੇ ਨਾਲ ਤਾਂ ਬਹੁਤ ਸਾਰੀ ਪ੍ਰੋਬਲਮ ਹੱਲ ਹੋ ਜਾਏਗੀ। ਮਤਲਬ ਇਹ ਇਤਨਾ ਮੁਸ਼ਕਿਲ ਨਹੀਂ ਅਗਰ ਤੁਸੀਂ 3-4 ਬੰਦੇ ਇੱਥੋਂ ਅਰੇਂਜ ਕਰ ਲੈਂਦੇ ਹੋ ਇੱਥੋਂ ਡੇਟਾਬੇਸ ਦੇ ਚੋਂ ਇੰਟਰਪ੍ਰੀਟਿੰਗ ਸਰਵਿਸਿਜ਼ ਤੇ ਜਿਹੜੇ ਤੁਹਾਨੂੰ ਜਿਸ ਜ਼ਬਾਨ ਦੇ ਵਿੱਚ ਚਾਹੀਦੇ ਨੇ 2-2-3-3 ਬੰਦੇ ਤੁਸੀਂ ਨਾਲ ਲੈ ਜਾਓ ਉੱਥੇ, ਉਹਨਾਂ ਨੂੰ ਸਰਵਿਸਿਜ਼ ਉਹਨਾਂ ਨੂੰ ਪੇਮੈਂਟ ਚਾਹੀਦੀ, ਉਹਨਾਂ ਨੂੰ ਪੇਮੈਂਟ ਕਰ ਦਿਓ ਤੁਸੀਂ, ਤੇ ਉੱਥੇ ਜਾ ਕੇ ਤੁਸੀਂ ਮਤਲਬ ਆਪੇ ਉਹ ਤੁਹਾਨੂੰ ਰਿਪ੍ਰੈਜ਼ੈਂਟ ਕਰਨਗੇ। ਹੋ ਸਕਦਾ ਕਿ ਕਈ ਬੰਦੇ ਤੁਹਾਡੇ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਨੇ ਇੱਥੋਂ ਤੁਹਾਨੂੰ ਮਿਲ ਜਾਣਗੇ, ਠੀਕ ਹੈ, ਤੁਹਾਨੂੰ ਪੰਜਾਬੀ ਮਿਲ ਜਾਣਗੇ, ਪਾਕਿਸਤਾਨੀ, ਮਤਲਬ ਹਰ ਕਿਸਮ ਦਾ ਬੰਦੇ ਤੁਹਾਨੂੰ ਇੱਥੋਂ ਮਿਲ ਜਾਣਗੇ। ਬਿਲਕੁਲ, ਤੇ ਬਹੁਤ ਸਾਰੀ ਪ੍ਰੋਬਲਮ ਹੱਲ ਹੋ ਸਕਦੀ ਹੈ। ਬੀਜੀ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਫੋਨ ਕੀਤਾ, ਤੇ ਪਲੀਜ਼ ਇਫ ਯੂ ਕੈਨ ਕਾਲ ਅਸ ਬੈਕ ਅਗੇਨ, ਗਿਵ ਅਸ ਯੋਰ ਡੀਟੇਲਸ, ਵੀ ਵਿਲ ਗੈਟ ਇਨ ਟੱਚ ਵਿਦ ਯੂ। ਤੁਹਾਡੇ ਵਰਗੇ ਹੋਰ ਸਾਨੂੰ ਚਾਹੀਦੇ ਬੰਦੇ ਜੋ ਸਾਡੀ ਮਦਦ ਕਰਨ, ਗਿਵ ਅਸ ਇਨਫੋਰਮੇਸ਼ਨ ਲਾਈਕ ਯੂ ਡਿਡ। ਮੇਰੀ ਬੇਨਤੀ ਇਹੀ ਹੈਗੀ, ਜਿਹੜੇ ਜਿਹੜੇ ਪ੍ਰੋਗਰਾਮ ਦੇਖ ਰਹੇ ਹੈ, ਖਾਸ ਕਰ ਐਡਵੋਕੇਸੀ ਗਰੁੱਪਸ, ਵੀ ਗੋਟ ਸਿੱਖ ਐਡਵੋਕੇਸੀ ਗਰੁੱਪਸ ਟੂ ਹੈਲਪ ਦੀ ਸਮਾਲ ਮਾਈਨੋਰਟੀ ਕਮਿਊਨਿਟੀ ਇਨ ਬੈਲਜੀਅਮ ਆਫ ਸਿੱਖਸ, ਜਿਹਨਾਂ ਨੂੰ ਲੋੜ ਹੈਗੀ ਅੱਜ। ਇਹ ਜਿਵੇਂ ਛੋਟਾ ਬੱਚਾ ਹੈਗਾ, ਦੇ ਆਰ ਇਨਫੈਂਸੀ ਸਟੇਜ, ਵੇ ਐਸ ਹੇਅਰ ਇਨ ਵੀ ਇਨ ਦਾ ਯੂ ਕੇ, ਵੀ ਬੀਨ ਹੇਅਰ ਫਰੋਮ ਸਿੱਖਸ ਹੈਵ ਬੀਨ ਲਿਵਿੰਗ ਇਨ ਕੰਟਰੀ ਹੇਅਰ ਓਵਰ 100 ਈਅਰਸ ਫੋਰ ਐਗਜ਼ਾਮਪਲ। ਸੋ ਸਾਨੂੰ ਹੁਣ ਅਸੀਂ ਸਟੈਬਲਿਸ਼ ਹੋ ਗਏ ਹਾਂ, ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਜੋ ਸਾਡੇ ਵੀਰ ਯੂਰਪ ਵਿਖੇ ਰਹਿ ਰਹੇ ਹਾਂ, ਖਾਸ ਕਰ ਛੋਟੀ ਛੋਟੀ ਕੰਟਰੀਆਂ ਵਿਖੇ, ਬੈਲਜੀਅਮ, ਡੈਨਮਾਰਕ, ਸਵੀਡਨ, ਜਿੱਥੇ ਆਬਾਦੀ ਬਹੁਤ ਘੱਟ ਹੈਗੀ, ਜਾਂ ਲੈਂਗੁਏਜ ਬੈਰੀਅਰਸ ਹੈਗੇ, ਜਾਂ ਲੋਕਾਂ ਨੂੰ ਇਗਨੋਰੈਂਸ ਸੀਗੀ ਬਿਕੋਜ਼ ਦੇ ਜਸਟ ਡੋਂਟ ਨੋ ਵਟ ਸਿੱਖਸ ਆਰ। ਆਈ ਰਿਮੈਂਬਰ ਵੈਨ ਆਈ ਵਾਸ ਰੈਫਿਊਜੀ ਇਨ ਦਾ ਨੈਦਰਲੈਂਡਸ, ਆਈ ਕੇਮ ਇਨ ਮਿਡ 90s, ਦੇ ਸੋ ਮਾਈ ਟਰਬਨ, ਦੇ ਸੇ ਓ ਵੇਅਰ ਯੂ ਫਰੋਮ, ਆਈ ਸੈਡ ਅਫਗਾਨਿਸਤਾਨ, ਦੇ ਸੇ ਓ are you mujahideen or are you taliban, that kind of question they asked. And when I said Sikh, they had no idea who Sikhs were, we had no idea. But there is some recognition of Sikhs recently, but we need to highlight, and we all should help our brothers and sisters in continental Europe. Main fir to bahut bahut dhanwad karda sade jinne guests aaye hain dooro chal ke. If anyone want to say last word, it's your time. ਤੁਸੀਂ ਕੁਛ ਕਹਿਣਾ ਚਾਹੋਗੇ ਜੀ ਆਖਰ? ਹਾਂਜੀ ਹਾਂਜੀ, ਮੈਂ ਕਹਿਣਾ ਚਾਹੁੰਦਾ ਪ੍ਰਤਪਾਲ ਸਿੰਘ ਜੀ ਕਿ ਬੜੀ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਇੱਕ ਯੂਰਪੀਅਨ ਕੰਟਰੀ ਜਿਸ ਤਰ੍ਹਾਂ ਬੈਲਜੀਅਮ ਦੀ ਕੰਟਰੀ ਹੈ ਨਾ, ਹਿਊਮਨ ਰਾਈਟਸ ਦੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਛੋਟਾ ਬੱਚਾ, ਉਸਨੇ ਕਿਹਾ ਮੇਰਾ ਬੱਚਾ ਬਿਮਾਰ ਹੈ ਅਤੇ ਉਸੇ ਦਵਾਈ ਨਹੀਂ ਹੈ ਨਾ, 4 ਮਹੀਨੇ ਦਾ ਬੱਚਾ ਤੁਸੀਂ ਦੇਖ ਕੇ ਆਇਓ ਅਤੇ ਹੁਣ ਇੱਥੇ ਅਸੀਂ ਦੇਖਿਆ ਨਾ ਡਾਕੂਮੈਂਟਰੀ ਦੇਖਿਆ ਕਿ ਛੋਟਾ ਬੱਚਾ ਬਿਮਾਰ ਹੋਵੇ ਅਤੇ ਕਿਸ ਤਰ੍ਹਾਂ ਇਹਨਾਂ ਦਾ ਦਿਲ ਹੋਏਗਾ ਕਿ ਉਸਨੂੰ ਇੱਕ ਤਾਂ ਕੰਧ ਘੱਟ ਤੋਂ ਘੱਟ ਉਸਦੇ ਇਲਾਜ ਵਾਸਤੇ ਤਾਂ ਕੁਝ ਉਪਰਾਲਾ ਕੀਤਾ ਜਾਵੇ ਨਾ, ਇਲਾਜ ਤਾਂ ਉਸਨੂੰ ਦਿੱਤਾ ਜਾਵੇ ਜੇ ਉਹਨਾਂ ਨੂੰ ਸਪੋਰਟ ਨਹੀਂ ਕੀਤਾ ਜਾਂਦਾ, ਮਨੀ ਦੇ ਹਿਸਾਬ ਨਾਲ, ਪੈਸੇ ਦੇ ਹਿਸਾਬ ਨਾਲ ਸਪੋਰਟ ਨਹੀਂ ਕੀਤਾ ਜਾਂਦਾ, ਘੱਟੋ ਘੱਟ ਉਹਨਾਂ ਦੀ ਇਲਾਜ ਦੇ ਵਾਸਤੇ, ਦਵਾਈ ਵਾਸਤੇ ਇਹਨਾਂ ਦਾ ਤਾਂ ਖਿਆਲ ਰੱਖਿਆ ਜਾਵੇ ਨਾ। ਪਰ ਹੈਰਾਨੀ ਦੀ ਗੱਲ ਇਹ ਕਿ ਕਿਸ ਤਰ੍ਹਾਂ ਬਿਲਕੁਲ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਕਿਉਂ ਨਹੀਂ ਹੋਇਆ ਕਿ ਇਹ ਵੀ ਇੱਕ ਇਨਸਾਨ, ਇਹਨਾਂ ਵਾਸਤੇ ਦਵਾਈ ਚਾਹੀਦੀ, ਇਹਨਾਂ ਵਾਸਤੇ ਜਗ੍ਹਾ ਚਾਹੀਦੀ, ਇਹਨਾਂ ਨੂੰ ਖਾਣਾ ਚਾਹੀਦਾ। ਇਹ ਅਜੀਬ ਇੱਕ ਬਹੁਤ ਦਿਲ ਕੰਬਾਉ ਹਾਲਾਤ ਦੇਖਿਆ, ਦੇਖ ਕੇ ਆਦਮੀ ਜੀ ਹੋ ਜਾਂਦਾ ਕਿ ਕਿਸ ਤਰ੍ਹਾਂ ਇਹ ਵੈਸੇ ਤਾਂ ਨਹੀਂ ਹੋਣਾ ਚਾਹੀਦਾ ਐਜੀ ਕੰਟਰੀ ਦੇ ਵਿੱਚ, ਕਿਉਂਕਿ ਜਿੱਥੇ ਵੀ ਇਨਸਾਨ ਰਹਿੰਦੇ ਨੇ ਘੱਟ ਤੋਂ ਘੱਟ ਉਹਨਾਂ ਨਾਲ ਇਨਸਾਨੀਅਤ ਦੇ ਤੌਰ 'ਤੇ ਕੁਝ ਹੈਲਪ ਹੋ ਸਕਦੀ ਹੈ ਨਾ। ਪਰ ਇਹ ਜੋ ਹੁਣ ਬੈਲਜੀਅਮ ਦੀ ਗੌਰਮੈਂਟ ਬਾ ਇਹਨਾਂ ਵਾਸਤੇ ਪੂਰੀ ਤਰ੍ਹਾਂ ਇਹਨਾਂ ਦੀ ਹੈਲਪ ਕਰੇ, ਦੇਖੇ ਇਹਨਾਂ ਦੀ ਕੇਸ ਉਹਨਾਂ ਦੇ ਸੋਲਵ ਕਰੇ, ਕਿਉਂਕਿ ਸਾਰਿਆਂ ਨੂੰ ਅੱਜ ਕੱਲ੍ਹ ਪਤਾ ਚੱਲ ਗਿਆ ਇਹ ਪਹਿਲੇ ਜਿਹੜੀ ਮਿਕਸਅਪ ਹੋ ਗਈ ਕਿ ਸਿੱਖ ਅਤੇ ਸਭ ਸਪੋਜ਼ ਕਰੋ ਹੋਰ ਤਰ੍ਹਾਂ ਸਮਝਦੇ ਆ ਕਿ ਤਾਲਿਬਾਨ ਦੀ ਤਰ੍ਹਾਂ ਦੇ ਕਿਸ ਤਰ੍ਹਾਂ, ਪਰ ਅੱਜ ਤਾਂ ਵਾਲ ਵਰਲਡ ਦੇ ਵਿੱਚ ਸਿੱਖ ਦੀ ਪਹਿਚਾਣ ਹੋ ਗਈ ਹੈ, ਸਾਰਿਆਂ ਨੂੰ ਪਤਾ ਕਿ ਸਿੱਖ ਕੌਣ ਹਨ, ਕਿਹੜਾ ਧਰਮ ਹੈ, ਇਹ ਸਾਰਿਆਂ ਨੂੰ ਪਤਾ ਹੈ। ਅਤੇ ਇਸ ਵਿੱਚ ਤਾਂ ਸਿੱਖ ਲੋਕ ਤਾਂ ਤੁਹਾਨੂੰ ਪਤਾ ਹੈ ਕਿ ਪੀਸਫੁੱਲ, ਕਿਸੇ ਨਾਲ ਕਿਸੇ ਕੋਈ ਉਹ ਨਹੀਂ ਹੈ, ਪਰ ਇਹ ਕਿ ਦੇਖੋ ਦੇ ਕਿ ਕਿਤਨੀ ਹੈਲਪ ਹੋ ਸਕਦੀ। ਬਾਕੀ ਹੋਰ ਸੰਸਥਾਵਾਂ ਸਾਡੀਆਂ ਜਿਹੜੀਆਂ ਹਨ, ਜਰਮਨੀ 'ਚ ਰਹਿ ਰਹੀਆਂ ਹਨ ਜਾਂ ਇੱਥੇ ਰਹਿ ਰਹੀਆਂ ਹਨ, ਇਹ ਜਿਤਨਾ ਹੈਲਪ ਹੋ ਸਕਦੀ, ਚਾਹੇ ਗੌਰਮੈਂਟ ਦੇ ਥਰੂ ਚਾਹੇ MPਾਂ ਦੇ ਥਰੂ, ਇਹਨਾਂ ਨਾਲ ਕੀਤੀ ਜਾ ਸੀ। ਪਰ ਥੋੜ੍ਹਾ ਉੱਧਰ ਵੀ ਐਸੇ ਇੱਕ ਪ੍ਰੈਸ਼ਰ ਪਵੇ ਕਿ ਉਹਨਾਂ ਨੂੰ ਸਮਝ ਆਵੇ ਕਿ ਭਾਈ ਇਹ ਤਾਂ ਇੱਥੇ ਜੁਆਇਨ, ਹੁਣ ਸਾਡੇ ਕੋਲ ਪਨਾਹ ਲਈ ਤੀਨੇ। ਅਫਗਾਨਿਸਤਾਨ 'ਚ ਵੀ ਹੁੰਦਾ ਹੈ ਕਿ ਇੱਕ ਬੰਦਾ ਕਿਸੇ ਦੇ ਘਰ ਜਾ ਕੇ ਤਾਂ ਪਨਾਹ ਲੈ ਲੈਂਦਾ ਹੈ, ਉਸ ਸਮਾਂ ਜਿਸ ਟਾਈਮ 'ਤੇ ਅਸੀਂ ਆਉਂਦੇ ਹਾਲਾਤ ਅਫਗਾਨਿਸਤਾਨ ਦੀ ਠੀਕ ਹੁੰਦੀ, ਅਸੀਂ ਅਫਗਾਨਿਸਤਾਨ 'ਚ ਜੋ ਰਹਿੰਦੇ ਆਏ
ਤੇ ਇੱਕ ਆਦਮੀ ਆ ਜਾਂਦਾ ਆ, ਕੁਛ ਗੱਲ ਹੁੰਦੀ, ਪਨਾਹ ਲੈਂਦਾ ਆ, ਕੁਛ ਹੈਲਪ ਮੰਗਦਾ ਆ, ਬੜੇ ਖੁੱਲ੍ਹੇ ਮੱਥੇ ਉਸਨੇ ਹੈਲਪ ਵੀ ਕੀਤੀ ਜਾਂਦੀ, ਸਭ ਕੁਛ ਹੁੰਦੀ ਉਸ ਵਕਤ 'ਚ ਹੁੰਦੀ ਸੀ, ਅੱਜ ਤਾਂ ਐਡਵਾਂਸ ਕੰਟਰੀਆਂ 'ਚ ਹੀ ਹਾਲਤ ਦੇਖ ਕੇ ਵਾਕਿਆ ਕਿ ਮਨ ਬੜਾ ਦੁਖੀ ਦੁਖ ਹੁੰਦਾ ਮਨੀਸ਼ ਸਿੰਘ ਵੀ ਗੋਟ ਲਾਸਟ ਵੇਅਰ 1 ਮਿੰਟ ਗੋ ਸੋ ਟੈਲ ਦਮ ਹਾਊ ਵੀ ਕੈਨ ਹੈਲਪ ਥੀਸ ਪੀਪਲ ਪ੍ਰਤਪਾਲ ਸਿੰਘ ਜੀ ਤੁਸੀਂ ਤਾਂ ਸਾਡੇ ਨਾਲ ਸੀ ਜਦੋਂ ਅਸੀਂ ਵੀਰਾਂ ਨਾਲ ਮਿਲੇ ਬਲਜੀਮ ਦੇ ਚਕਾਰ 'ਤੇ ਅਸੀਂ ਉਹਨਾਂ ਨਾਲ ਪ੍ਰਬੰਧਕ ਕਮੇਟੀ ਦੀ ਨੁਮਾਇੰਦੀ ਵਜੋਂ ਪ੍ਰੋਮਿਸ ਕਰਕੇ ਆਏ ਕਿ ਸਾਡੇ ਵੱਲੋਂ ਖਾਸ ਕਰਕੇ ਯੂਕੇ ਦੀ ਸੰਗਤ ਵੱਲੋਂ ਜਿੰਨੀ ਵੀ ਹੈਲਪ ਹੋ ਸਕੀ ਹਾਂਜੀ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਅਸੀਂ ਹੁਣ ਵੀ ਕੋਸ਼ਿਸ਼ ਸਾਡੀ ਇਹ ਕਿ ਸਵੇਰੇ ਹੀ ਮੇਰੀ ਸੁਰਬੀਰ ਸਿੰਘ ਨਾਲ ਗੱਲ ਹੋਈ ਸੀ ਕਿ ਅਸੀਂ ਜਿਹੜੇ ਉਹਨਾਂ ਦੇ ਲੋਕਲ ਐਮ ਪੀ ਨੇ ਜਿਹੜੀ ਜਿਹੜੀ ਕੰਸਟੀਚੁਐਂਸੀ ਹੈ ਉਹਨਾਂ ਦੀ ਜਿਹੜਾ ਜਿਹੜੀ ਜਿਹੜੀ ਕਮਿਸਾਰੀ ਜਨੀਨ ਕਮਿਸਾਰੀ ਕਹਿੰਦੇ ਨੇ ਜਿਹੜੇ ਜਿਹੜੇ ਇਲਾਕੇ ਦੇ ਹੈਗੇ ਅਸੀਂ ਉਹਨਾਂ ਦੇ ਐਮ ਪੀਆਂ ਦੇ ਸਾਰੇ ਨਾਮ ਮੰਗਾਏ ਨੇ ਅਸੀਂ ਉਹਨਾਂ ਐਮ ਪੀਆਂ ਨੂੰ ਸਪੋਰਟਿੰਗ ਲੈਟਰ ਆਪਣੇ ਐਮ ਪੀ ਦੇ ਥਰੂ ਰਿਕੁਐਸਟ ਕਰਕੇ ਭੇਜਾਂਗੇ ਅਤੇ ਨਾਲੇ ਅਸੀਂ ਕੋਸ਼ਿਸ਼ ਇਹ ਕਰਾਂਗੇ ਜਿਹੜੇ ਜਿਸ ਤਰ੍ਹਾਂ ਹੁਣ ਇਮਰਾਨ ਜੀ ਨੇ ਦੱਸਿਆ ਫੋਨ ਕਰਕੇ ਜਿਹੜੇ ਇੰਟਰਪ੍ਰੀਟਰ ਅਸੀਂ ਹਾਇਰ ਕਰਾਂਗੇ ਕਿ ਜਾ ਕੇ ਸਹੀ ਤਰ੍ਹਾਂ ਇਹਨਾਂ ਦੇ ਕੇਸ ਦੀ ਸਟੱਡੀ ਕਰਨ ਅਤੇ ਇਹਨਾਂ ਦੇ ਕੇਸ ਲੜ ਸਕਣ ਅਸੀਂ ਆੜ ਵੱਲੋਂ ਜੋ ਵੀ ਹੈਲਪ ਹੋਏਗੀ ਅਸੀਂ ਪੂਰੀ ਤਰ੍ਹਾਂ ਗੁਰੂ ਨਾਨਕ ਦਰਬਾਰ ਦੀ ਸੰਗਤ ਪ੍ਰਬੰਧਕ ਕਮੇਟੀ ਸਾਰੀ ਇਹਨਾਂ ਦੇ ਨਾਲ ਖੜੀ ਹੈ ਅਸੀਂ ਜਾ ਕੇ ਅਸੀਂ ਬਹੁਤ ਜਲਦ ਵਾਪਸ ਅਸੀਂ ਬਲਜੀਮ ਜਾ ਰਹੇ ਹਾਂ ਅਸੀਂ ਸੁਰਬੀਰ ਸਿੰਘ ਨਾਲ ਜੀ ਗੱਡੀ ਜਦੋਂ ਅਸੀਂ ਲੰਡਨ ਤੋਂ ਬਰਮਿੰਘਮ ਆ ਰਹੇ ਸੀ ਅਸੀਂ ਤੁਸੀਂ ਸਾਰੇ ਡਿਸਕਸ਼ਨ ਕੀਤਾ ਕਿ ਅਸੀਂ ਬਹੁਤ ਜਲਦ ਅਸੀਂ ਵਾਪਸ ਬਲਜੀਮ ਜਾ ਕੇ ਇਹਨਾਂ ਬਾਰੇ ਅਸੀਂ ਕੋਈ ਠੋਸ ਕਦਮ ਉਠਾਵਾਂਗੇ ਜ਼ਰੂਰ ਠੀਕ ਹੈ ਜੀ ਪਿਆਰੀ ਸਾਹਿਬ ਜੀ ਸਿੱਖ ਚੈਨਲ ਦੇ ਵਾਂਸ ਅਗੇਨ ਥੈਂਕਸ ਫੋਰ ਸਿੱਖ ਚੈਨਲ ਫੋਰ ਗਿਵਿੰਗ ਅਸ ਪਲੈਟਫਾਰਮ ਟੂ ਟੈਲ ਦਿਸ ਦੀ ਸੈਡ ਸਟੋਰੀ ਐਂਡ ਲਾਸਟ ਥਿੰਗ ਆਈ ਵੁੱਡ ਲਾਈਕ ਆਸਕ ਐਵਰੀਵਨ ਲਿਸਨਿੰਗ ਆਊਟ ਦੇਅਰ ਪਲੀਜ਼ ਹੈਲਪ ਦੀਸ ਆਰ ਬ੍ਰਦਰਸ ਇਨ ਬੈਲਜੀਅਮ ਐਂਡ ਐਂਡ ਇਫ ਯੂ ਵਾਂਟ ਯੂ ਕੈਨ ਗੈਟ ਇਨ ਟੱਚ ਵਿਦ ਦੈਮ ਥਰੂ ਸਿੱਖ ਚੈਨਲ ਐਂਡ ਵੀਲ ਕੀਪ ਯੂ ਇਨ ਟੱਚ ਵਿਦ ਦੈਮ ਬਹੁਤ ਬਹੁਤ ਧੰਨਵਾਦ ਸਭ ਦਾ ਅਤੇ ਆਓ ਮਿਲ ਕੇ ਸਾਰੇ ਆਪਣੇ ਮਨਾਂ ਵਿੱਚ ਅਰਦਾਸ ਕਰੀਏ ਕਿ ਪਰਮਾਤਮਾ ਇਹਨਾਂ ਦੀ ਸਾਰੀ ਮੁਸ਼ਕਲਾਂ ਪ੍ਰੋਬਲਮ ਸੋਲਵ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ